ਕਹਿੰਦੇ ਅਚਾਨਕ ਉਹਨਾਂ ਨੂੰ ਪਤਾ ਨਹੀਂ ਕੀ ਲੱਗਿਆ ਮੈਂ ਕੀ ਲਿਖਿਆ ਕਹਿੰਦੇ ਮੈਨੂੰ ਇਕਦਮ ਆਪਣੇ ਕੋਲ ਬਿਠਾ ਲਿਆ ਤੇ ਹੱਸਣ ਲੱਗ ਗਏ ਕਹਿੰਦੇ ਦੇਖ ਲੋਕ ਕਹਿਣਗੇ ਵੀ ਅਜੇ ਵੀ ਬਿਰਹਾ ਬਿਰਹਾ ਕਰੀ ਜਾਂਦਾ ਵਿਆਹ ਵੀ ਹੋ ਗਿਆ ਹੁਣ ਤੇ ਅਜੇ ਵੀ ਬਿਰਹਾ ਬਿਰਹਾ ਲਿਖੀ ਜਾਂਦਾ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਸੰਗਤਾਰ ਪੰਜਾਬੀ ਪੋਡਕਾਸਟ ਦਾ ਤੀਜਾ ਸੀਜ਼ਨ ਅਸੀਂ ਸ਼ੁਰੂ ਕਰ ਰਹੇ ਹਾਂ ਹੁਣ ਤੱਕ ਇਹਨੂੰ ਸਪੋਰਟ ਕਰਨ ਲਈ ਸਹਿਯੋਗ ਦੇਣ ਲਈ ਸੁਣਨ ਲਈ ਦੇਖਣ ਲਈ ਬਹੁਤ ਬਹੁਤ ਧੰਨਵਾਦ ਅਤੇ ਅੱਜ ਅਸੀਂ ਜਿਹੜਾ ਪਹਿਲਾ ਐਪੀਸੋਡ ਕੀਤਾ ਉਹ ਮਿਹਰਬਾਨ ਬਟਾਲਵੀ ਹੁਣਾਂ ਦੇ ਨਾਲ ਤੁਹਾਨੂੰ ਦਿਖਾ ਰਹੇ ਹਾਂ ਮਿਹਰਬਾਨ ਬਟਾਲਵੀ ਹੁਣੀ ਪੰਜਾਬੀ ਦੇ ਮਹਾਨ ਕਵੀ ਸ਼ਿਵ ਕੁਮਾਰ ਬਟਾਲਵੀ ਹੁਣਾਂ ਦੇ ਇਕਲੌਤੇ ਪੁੱਤਰ ਨੇ ਕਨੇਡਾ ਵਿੱਚ ਅੱਜ ਕੱਲ੍ਹ ਰਹਿੰਦੇ ਨੇ ਅਤੇ ਉਹਨਾਂ ਨੇ ਸਾਨੂੰ ਬਹੁਤ ਸਾਰੀਆਂ ਪਰਸਨਲ ਨਿੱਜੀ ਗੱਲਾਂ ਬਾਤਾਂ ਕਹਾਣੀਆਂ ਸੁਣਾਈਆਂ ਸ਼ਿਵ ਕੁਮਾਰ ਬਟਾਲਵੀ ਹੁਣਾਂ ਦੇ ਬਾਰੇ ਤੁਸੀਂ ਇਸ ਐਪੀਸੋਡ ਨੂੰ ਸੁਣੋ ਅਤੇ ਆਓ ਜੀ ਸ਼ੁਰੂ ਕਰਦੇ ਹਾਂ ਪੰਜਾਬੀ ਪੋਡਕਾਸਟ ਮਿਹਰਬਾਨ ਬਟਾਲਵੀ ਜੀ ਪੰਜਾਬੀ ਪੋਡਕਾਸਟ ਵਿੱਚ ਜੀ ਆਇਆਂ ਨੂੰ ਜੀ ਸਮਾਂ ਕੱਢਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ ਮੈਨੂੰ ਯਾਦ ਕੀਤਾ ਤੁਸੀਂ ਥੈਂਕ ਯੂ ਸਾਡੀ ਪਿਛਲੇ ਮਹੀਨੇ ਗੱਲ ਹੋਈ ਸੀਗੀ ਆਪਾਂ 6 ਮਈ ਨੂੰ ਸ਼ਿਵ ਕੁਮਾਰ ਬਟਾਲਵੀ ਹੁਣਾਂ ਤੋਂ 50 ਸਾਲ ਹੋ ਜਾਣੇ ਆ ਸਾਤੋਂ ਜੁਦਾ ਹੋਇਆ ਹੈਗੇ ਹੋ ਗਏ ਜੀ ਹਾਂਜੀ ਹਾਂਜੀ 6 ਮਈ ਨੂੰ ਆਪਾਂ ਕਰਨੀ ਸੀ ਪੋਡਕਾਸਟ ਉਦੋਂ ਜੀ ਤੇ ਉਦੋਂ ਸਾਡੇ ਨਾ ਟੂਰ ਚੱਲਦਾ ਸੀ ਅਮਰੀਕਾ ਦਾ ਤੇ ਪੋਡਕਾਸਟ ਦੇ ਵਿੱਚ ਵੀ ਮੇਰਾ ਨਾ 2-3 ਮਹੀਨੇ ਦਾ ਵਕਫਾ ਪੈ ਗਿਆ ਜੀ ਮੈਂ ਸੋਚਦਾ ਸੀ ਕਿ ਜਿਹੜਾ ਨਵਾਂ ਸੀਜ਼ਨ ਸ਼ੁਰੂ ਕਰਨਾ ਪੋਡਕਾਸਟ ਦਾ ਉਹ ਇੱਕ ਵਧੀਆ ਜਗ੍ਹਾ ਤੋਂ ਸ਼ੁਰੂ ਹੋਵੇ ਤੇ ਮੇਰਾ ਖਿਆਲ ਸ਼ਿਵ ਕੁਮਾਰ ਬਟਾਲਵੀ ਹੁਣਾਂ ਦੇ ਨਾਮ ਲੈਣ ਤੋਂ ਬੜੀ ਕੋਈ ਚੀਜ਼ ਪੰਜਾਬੀ 'ਚ ਨਹੀਂ ਹੈਗੀ ਅੱਜ ਦੇ ਜਿਹੜੀ ਮਾਡਰਨ ਪੰਜਾਬੀ ਪੋਇਟਰੀ ਆ ਪੰਜਾਬੀ ਕਵਿਤਾ ਆ ਉਹਦੇ ਵਿੱਚ ਕੋਈ ਥੰਮ ਵਰਗੇ ਨੇ ਅਤੇ ਪਰ ਜਦੋਂ ਉਹ ਉਹਨਾਂ ਨੇ ਇਹ ਦੁਨੀਆ ਛੱਡੀ ਉਦੋਂ ਤੁਸੀਂ ਤਾਂ ਸਿਰਫ 6-7 ਸਾਲ ਦੇ ਸੀਗੇ ਹਾਂਜੀ ਨਹੀਂ ਮੈਂ 5 ਸਾਲ ਦਾ ਸੀਗਾ 5 ਸਾਲ ਦੇ ਹਾਂਜੀ ਤੁਹਾਨੂੰ ਕੀ ਯਾਦ ਆ ਬਚਪਨ ਦੀਆਂ ਪਹਿਲਾਂ ਅਸਲੀ ਯਾਦਾਂ ਦੱਸੋ ਫਿਰ ਦੇਖਦੇ ਹਾਂ ਬਾਕੀ ਦੀਆਂ ਯਾਦਾਂ ਜਿਹੜੀਆਂ ਇੱਕ ਦੂਜੇ ਤੋਂ ਸੁਣ ਕੇ ਬੰਦਾ ਕਰਦਾ ਗੱਲ ਬਿਲਕੁਲ ਮੈਨੂੰ ਜਿੱਦਾਂ ਕਿ ਵਕਤ ਕੁਝ ਇੱਦਾਂ ਦਾ ਸੀ ਵੀ ਸ਼ਾਇਦ ਬਿਮਾਰ ਸੀਗੇ ਫਾਦਰ ਤਾਂ ਮਾਹੌਲ ਘਰ ਦਾ ਇੱਦਾਂ ਦਾ ਸੀ ਕਿ ਮੈਨੂੰ ਬਹੁਤ ਕੁਛ ਯਾਦ ਰਹਿ ਗਿਆ ਉਹਦੇ ਕਰਕੇ ਅੱਛਾ ਜੀ ਹਾਂਜੀ ਹਾਂਜੀ ਜਿਵੇਂ ਆਖਰੀ ਦਿਨਾਂ 'ਚ ਕਿਉਂਕਿ ਅਸੀਂ ਪਹਿਲਾਂ ਚੰਡੀਗੜ੍ਹ ਤੋਂ ਬਟਾਲੇ ਆ ਗਏ ਵਾਪਸ ਫਿਰ ਬਟਾਲੇ ਤੋਂ ਫਿਰ ਦੁਬਾਰਾ ਅਸੀਂ ਆਪਣੇ ਨਾਨਕੇ ਪਿੰਡ ਚਲੇ ਗਏ ਹਾਂਜੀ ਇਸ ਕਰਕੇ ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ ਸਾਰਾ ਕੁਛ ਨਾ ਅੱਛਾ ਜੀ ਸਭ ਤੋਂ ਵੱਡੀ ਜਿਹੜੀ ਮੈਨੂੰ ਗੱਲ ਲੱਗਦੀ ਹੈ ਨਾ ਉਹ ਇਹ ਲੱਗਦੀ ਹੈ ਵੀ ਉਹ ਇੰਨਾ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਚਿਹਰੇ ਤੇ ਇੱਕ ਨਾ ਜਿਵੇਂ ਕਹਿ ਸਕਦੇ ਹੋ ਰੂਹਾਨੀਅਤ ਸੀਗੀ ਹਾਂ ਚਿਹਰਾ ਉਹਨਾਂ ਦਾ ਜਿਹੜਾ ਜਿਹੜੀ ਆਈਜ਼ ਉਹਨਾਂ ਦੀਆਂ ਹਮੇਸ਼ਾ ਚਮਕਦੀਆਂ ਰਹਿੰਦੀਆਂ ਸੀ ਜਾਣੀ ਕਿ ਤੁਹਾਨੂੰ ਇਸੇ ਤਰੀਕੇ ਨਾਲ ਯਾਦ ਆ ਕਿ ਇਹਦਾ ਪਿਤਾ ਤਾਂ ਬੰਦੇ ਲਈ ਸਭ ਕੁਛ ਹੀ ਹੁੰਦਾ ਜਦੋਂ ਉਸ ਉਮਰ ਦੇ ਵਿੱਚ ਤਾਂ ਬੰਦਾ ਰੱਬ ਵਾਂਗ ਦੇਖਦਾ ਆਪਣੇ ਪਿਓ ਵੱਲ ਆਪਣੇ ਮਾਂ ਬਾਪ ਵੱਲ ਹਾਂਜੀ ਅਤੇ ਜਦੋਂ ਉਹ ਇੰਗਲੈਂਡ ਤੋਂ ਗਏ ਆ 1972 ਤੋਂ ਜਾਣੀ ਕਿ ਕਿਹੜੇ ਮਹੀਨੇ 'ਚ ਵਾਪਸ ਗਏ ਸੀਗੇ ਇੰਗਲੈਂਡ ਤੋਂ ਮੈਨੂੰ ਲੱਗਦਾ ਸਪਟੰਬਰ ਦੀ ਗੱਲ ਹੈ ਸ਼ਾਇਦ ਸਪਟੰਬਰ 'ਚ ਵਾਪਸ ਆਏ ਸੀਗੇ ਅੱਛਾ ਜੀ ਉਹ ਤੋਂ ਬਾਅਦ ਬਿਮਾਰ ਹੀ ਰਹੇ ਹੈ ਨਾ ਹਾਂਜੀ ਹਾਂਜੀ ਉਸ ਤੋਂ ਬਾਅਦ ਫਿਰ ਉਹ ਮੈਨੂੰ ਲੱਗਦਾ ਮਈ 'ਚ ਦੇਖ ਲਓ ਪੂਰੇ ਹੋ ਗਏ ਸਾਲ ਵੀ ਨਹੀਂ ਕੱਟਿਆ ਉਹਨਾਂ ਨੇ ਉਸ ਤੋਂ ਬਾਅਦ ਹਾਂਜੀ 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 ਅਤੇ ਇਹ ਉਸ ਵੇਲੇ ਦਾ ਦੱਸੋ ਕੁਝ ਮਾਹੌਲ ਕਿ ਘਰ ਦੇ ਵਿੱਚ ਬਹੁਤ ਜ਼ਿਆਦਾ ਇੱਕ ਟੈਨਸ਼ਨ ਜਿਹੀ ਵੀ ਹੋਣੀ ਆ ਤੁਹਾਡੀ ਮਾਂ ਨੂੰ ਅਤੇ ਤੁਹਾਨੂੰ ਤੁਹਾਡੇ ਨਾਨਿਆਂ ਨਾਨਕਿਆਂ ਨੂੰ ਹਾਂਜੀ ਉਹ ਐਕਚੁਅਲੀ ਜੋ ਮੇਰੀ ਸ਼ਾਇਦ ਇੰਨੀ ਸਮਝ ਨਹੀਂ ਹੋਣੀ ਉਸ ਟਾਈਮ ਮੈਨੂੰ ਹਾਂਜੀ ਪਹਿਲਾਂ ਮੈਂ ਬਟਾਲੇ ਤੋਂ ਚੰਡੀਗੜ੍ਹ ਤੋਂ ਸ਼ੁਰੂ ਕਰਦਾ ਚੰਡੀਗੜ੍ਹ ਜਦੋਂ ਉਹਨਾਂ ਦਿਨਾਂ ਦੇ ਵਿੱਚ ਜਦੋਂ ਪਾਪਾ ਬਿਮਾਰ ਸੀਗੇ ਸਟੇ ਫਿਰ ਵੀ ਉਹਨਾਂ ਦਿਨ ਸਾਡੇ ਨਾਲ ਬਹੁਤ ਖੇਡਦੇ ਸੀ ਅੱਛਾ ਜੀ ਹਾਂਜੀ ਬਹੁਤ ਬਿਮਾਰ ਹੋਣ ਦੇ ਬਾਵਜੂਦ ਵੀ ਬਹੁਤ ਖੇਡਦੇ ਸਾਡੇ ਨਾਲ ਹਾਂਜੀ ਮੇਰੇ ਨਾਲ ਭੈਣ ਦੀ ਉਮਰ ਉਦੋਂ ਕਿੰਨੀ ਸੀ ਉਹ 3 ਸਾਲ ਦੇ ਸੀਗੇ ਉਸ ਨੇ ਹਾਂ ਤੇ ਮੈਨੂੰ ਯਾਦ ਆ ਉਹ ਸ਼ੇਰ ਜਿਹਾ ਬਣ ਕੇ ਜਿਵੇਂ ਸਾਰੇ ਬਜ਼ੁਰਗ ਕਰਦੇ ਨੇ ਬੱਚਿਆਂ ਨਾਲ ਹਾਂਜੀ ਹਾਂਜੀ ਸ਼ੇਰ ਜਿਹਾ ਬਣ ਕੇ ਡਰਾ ਰਹੇ ਸੀ ਸਾਨੂੰ ਮੈਂ ਤੇ ਮੇਰੀ ਸਿਸਟਰ ਭੱਜ ਗਏ ਸੀ ਰਸੋਈ ਸਾਡੀ ਰਸੋਈ ਥੋੜੀ ਦੂਰ ਸੀਗੀ ਹਾਂਜੀ ਜਿੱਥੇ ਕਮਰੇ ਨਾਲ ਅਸੀਂ ਉੱਥੇ ਭੱਜ ਕੇ ਗਏ ਪਿੱਛੇ ਪਿੱਛੇ ਸਾਡੇ ਆਏ ਨੇ ਤੇ ਆ ਕੇ ਉਹਨਾਂ ਨੇ ਪਹਿਲਾਂ ਮੇਰੀ ਸਿਸਟਰ ਨੂੰ ਚੱਕ ਕੇ ਰੋਸ ਤੇ ਬਿਠਾ ਲਿਆ ਜਿੱਥੇ ਮਤਲਬ ਮੇਰੀ ਰੋਟੀ ਬਣਾ ਰਹੇ ਸੀ ਹਾਂਜੀ
ਤੇ ਨਾਲ ਹੀ ਮੈਨੂੰ ਵੀ ਬੋਲਿਆ ਮੈਨੂੰ ਅਜੇ ਵੀ ਯਾਦ ਹੈ ਜਿਵੇਂ ਕੁਤਕੁਤਾਰੀਆਂ ਜਿਹਾ ਨਹੀਂ ਕਰਦਾ ਬੰਦਾ ਉਸ ਤਰ੍ਹਾਂ ਕਰ ਰਹੇ ਸੀ ਮੈਨੂੰ ਹੱਸਦਾ ਵਿਚਾਰਾ ਹਾਂ ਦੇਖੋ ਕਿੰਨਾ ਉਹ ਜੇ ਉਸ ਮੂਵਮੈਂਟ ਨੂੰ ਕੈਪਚਰ ਕਰਨਾ ਹੋਵੇ ਉਸ ਪਲ ਨੂੰ ਫੜਨਾ ਹੋਵੇ ਤੇ ਕਿੰਨਾ ਉਹ ਜਾਣ ਕੇ ਕੀਮਤੀ ਪਾ ਲਿਆ ਹਾਂਜੀ ਬਹੁਤ ਉਸ ਤੋਂ ਬਾਅਦ ਫਿਰ ਅਸੀਂ ਬਟਾਲੇ ਆਏ ਹਾਂ ਤਾਂ ਮੈਨੂੰ ਯਾਦ ਹੈ ਵੀ ਮੈਂ ਸਕੂਲ ਗਿਆ ਹੋਇਆ ਸੀ ਸਾਡਾ ਜਿੱਥੇ ਸਾਡਾ ਕਮਰਾ ਸੀ ਸਕੂਲ ਦਾ ਨਾ ਤਿੰਨ ਚਾਰ ਮੰਜ਼ਿਲ ਦਾ ਸਕੂਲ ਸੀਗਾ ਉਹ ਬਿਲਕੁਲ ਘਰ ਦੇ ਨਾਲ ਨੇੜੇ ਸੀ ਹਾਂਜੀ ਤੇ ਉਹ ਉੱਥੋਂ ਸਾਡੇ ਮੇਰੇ ਕਮਰੇ ਚੋਂ ਛੱਤ ਦਿਖਦੀ ਸੀ ਸਾਡੇ ਘਰ ਦੀ ਅੱਛਾ ਜੀ ਛੱਤ ਦਿਖਦੀ ਉੱਥੇ ਬੈਠ ਕੇ ਪਾਪਾ ਅਕਸਰ ਨਾ ਉੱਥੇ ਮੰਜੀ ਡਾਈ ਹੁੰਦੀ ਸੀ ਉੱਥੇ ਅਖਬਾਰ ਪੜ੍ਹ ਰਹੇ ਹੁੰਦੇ ਅੱਛਾ ਜੀ ਬੈਠੇ ਹੋਏ ਹਾਂ ਤੇ ਉਸ ਦਿਨ ਜਿਵੇਂ ਸੁਭਾਅ ਅਚਾਨਕ ਆਇਆ ਹੋਇਆ ਵੀ ਉਹਨਾਂ ਨੇ ਵੀ ਮੇਰੇ ਵੱਲ ਦੇਖਿਆ ਉੱਪਰ ਨੂੰ ਮੈਂ ਵੀ ਉਹਨਾਂ ਵੱਲ ਦੇਖ ਕੇ ਵੇਵ ਜਿਹਾ ਕੀਤਾ ਸੀ ਇੱਕ ਦੂਸਰੇ ਨੂੰ ਸਕੂਲ ਯਾਦ ਹੈ ਅਖਬਾਰ ਜਿਹਾ ਪੜ੍ਹ ਰਹੇ ਸੀ ਬੈਠੇ ਵਾਲ ਛੋਟੇ ਛੋਟੇ ਵਾਲ ਕੀਤੇ ਹੋਏ ਸੀ ਉਹਨਾਂ ਨੇ ਵਾਲ ਬਿਲਕੁਲ ਛੋਟੇ ਛੋਟੇ ਵਾਲ ਸੀ ਉੱਥੇ ਉੱਥੇ ਦੇਖ ਰਹੇ ਸੀ ਮੇਰੇ ਵੱਲ ਉਹ ਵੀ ਯਾਦ ਹੈ ਮੈਨੂੰ ਚੰਗੀ ਤਰ੍ਹਾਂ ਅੱਛਾ ਜੀ ਇਸ ਤਰ੍ਹਾਂ ਫਿਰ ਪਿੰਡ ਦੇ ਵਿੱਚ ਵੀ ਪਿੰਡ ਵੀ ਮੈਂ ਮਤਲਬ ਜਦੋਂ ਅਸੀਂ ਚਲੇ ਗਏ ਤਾਂ ਉੱਥੇ ਮੈਨੂੰ ਸਕੂਲ ਪੜ੍ਹਨ ਦੇ ਲਈ ਪਾਇਆ ਹਾਂਜੀ ਹੁਣ ਤੁਸੀਂ ਆਪਣੇ ਨਾਨਕੇ ਪਿੰਡ ਦੀ ਗੱਲ ਕਰ ਰਹੇ ਹਾਂ ਹਾਂਜੀ ਨਾਨਕੇ ਪਿੰਡ ਦੀ ਗੱਲ ਕਰ ਰਹੇ ਹਾਂਜੀ ਉੱਥੇ ਵੀ ਮੈਨੂੰ ਯਾਦ ਆ ਵੀ ਉਹ ਮੈਂ ਇੱਕ ਦਿਨ ਜ਼ਿੱਦ ਕਰ ਰਿਹਾ ਸੀ ਵੀ ਮੈਂ ਨਹੀਂ ਸਕੂਲ ਜਾਣਾ ਹਾਂ ਮਾਮਾ ਆਪਣੇ ਨਾਲ ਮਦਰ ਨਾਲ ਤੇ ਇਹ ਉੱਪਰ ਖੜੇ ਮੈਨੂੰ ਦੇਖ ਰਹੇ ਸੀ ਸਾਡੇ ਇਹ ਉੱਪਰ ਵਾਲੇ ਕਮਰੇ 'ਚ ਹੁੰਦੇ ਸੀ ਤਾਂ ਉੱਥੋਂ ਇੱਕ ਰੋਂ ਜਗ੍ਹਾ ਬਣੀ ਸੀ ਰੋਂਸ ਕਹਿੰਦੇ ਸੀ ਸਾਨੂੰ ਹਾਂਜੀ ਤਾਂ ਉੱਥੇ ਬੈਠ ਕੇ ਤੇ ਨਾਲ ਫੁੱਲ ਜਿਹੇ ਲੱਗੇ ਹੁੰਦੇ ਸੀ ਉੱਥੇ ਬੈਠੇ ਰਹਿੰਦੇ ਸੀ ਸਾਰਾ ਦਿਨ ਤਾਂ ਉੱਥੋਂ ਬੈਠੇ ਬੈਠੇ ਮੇਰੇ ਵੱਲ ਨੂੰ ਦੇਖ ਕੇ ਕਹਿ ਰਹੇ ਵੀ ਮੈਨੂੰ ਮਿਹਰਬਾਨੀ ਕਹਿੰਦੇ ਸੀ ਉਹ ਹਮੇਸ਼ਾ ਕਿ ਮਿਹਰਬਾਨ ਬੇਟੇ ਤੂੰ ਸਕੂਲ ਚਲਾ ਜਾ ਜਦ ਤੂੰ ਵਾਪਸ ਆਏਗਾ ਨਾ ਤੇਰੇ ਨੂੰ ਮੈਂ ਬਰਫੀ ਲਿਆ ਕੇ ਦਊਂਗਾ ਅੱਛਾ ਮੈਨੂੰ ਅਜੇ ਵੀ ਯਾਦ ਉਹ ਚਿਹਰਾ ਅੱਖਾਂ ਨਹੀਂ ਭੁੱਲਦੀਆਂ ਮੈਨੂੰ ਅੱਖਾਂ ਮੇਰੇ ਜਿਸ ਤਰ੍ਹਾਂ ਨਾ ਜਿਵੇਂ ਬਹੁਤ ਜਾਦੂ ਸੀ ਉਹਨਾਂ ਦੀ ਅੱਖਾਂ 'ਚ ਬਹੁਤ ਜਾਦੂ ਸੀ ਇਸ ਤਰ੍ਹਾਂ ਕੁਛ ਯਾਦਾਂ ਹੈ ਨਾ ਮੇਰੇ ਕੋਲ ਲਾਸਟ ਟਾਈਮ ਦੇ ਰਿਚੁਅਲ ਦੀਆਂ ਸਾਰੀਆਂ ਯਾਦ ਨੇ ਹਾਂਜੀ ਉਹ ਬੱਚੇ ਦੇ ਲਈ ਬੜਾ ਅਜੀਬ ਹੁੰਦਾ ਸਾਰਾ ਕੁਛ ਹਾਂਜੀ ਜਿੱਥੇ ਉਹਨਾਂ ਨੂੰ ਡੈਥ ਵੱਲ ਲਟਾਇਆ ਹੋਇਆ ਸੀਗਾ ਨੀਚੇ ਤੇ ਕਿੱਥੇ ਕਿੱਥੇ ਕਿਹੜੇ ਬੰਦੇ ਬੈਠੇ ਸੀ ਇੱਕ ਮਦਰ ਕਿੱਥੇ ਬੈਠੇ ਸੀ ਉਹ ਕੀ ਕਰ ਰਹੇ ਸੀ ਉਹ ਸਾਰਾ ਕੁਛ ਮੈਨੂੰ ਯਾਦ ਹੈ ਚੰਗੀ ਤਰ੍ਹਾਂ ਤੇ ਫਿਰ ਉਸ ਤੋਂ ਬਾਅਦ ਜੀ ਜੇ ਆਪਾਂ ਜਾਈਏ ਜਦੋਂ ਤੁਹਾਡੀ ਉਮਰ ਹੋਈ 12-13 ਸਾਲ ਹਾਂਜੀ ਤੇ ਉਦੋਂ ਤੁਹਾਨੂੰ ਇਹ ਵੀ ਪਤਾ ਸੀ ਕਿ ਤੁਹਾਡੇ ਪਾਪਾ ਕੌਣ ਸੀ ਦੁਨੀਆਂ ਵਿੱਚ ਉਹਨਾਂ ਦਾ ਕਿੰਨਾ ਨਾਮ ਸੀ ਪਰ ਉਹ ਆਲੇ ਦੁਆਲੇ ਵੀ ਨਹੀਂ ਸੀਗੇ ਉਦੋਂ ਤੁਹਾਨੂੰ ਕਿੱਦਾਂ ਦਾ ਮੈਸੇਜ ਹਾਲੇ ਤੁਸੀਂ ਇੰਨੇ ਵੀ ਜਾਣੀ ਕਿ ਬੰਦੇ ਦੀ ਉਮਰ ਇੰਨੀ ਵੀ ਨਹੀਂ ਹੁੰਦੀ ਕਿ ਉਸ ਚੀਜ਼ ਨੂੰ ਇੱਕ ਤਰੀਕੇ ਨਾਲ ਆਪਣੇ ਪਿੱਛੇ ਰੱਖ ਕੇ ਦੇਖ ਸਕੇ ਹਾਂਜੀ ਤੇ ਉਹ ਇੱਕ ਹਵਾ ਜਿਹੀ 'ਚ ਗੱਲ ਲੱਗਦੀ ਆ ਉਸ ਵੇਲੇ ਦਾ ਦੱਸੋ ਤੁਹਾਨੂੰ ਉਦੋਂ ਕਿੱਦਾਂ ਦਾ ਮਹਿਸੂਸ ਹੋਇਆ ਉਸ ਉਮਰ ਦੇ ਵਿੱਚ 12-13 ਸਾਲ ਦੀ ਉਮਰ ਦੇ ਵਿੱਚ ਇਹ ਦੇਖੋ ਇਹ ਤਾਂ ਸਾਨੂੰ ਮਤਲਬ ਬਚਪਨ ਤੋਂ ਹੀ ਸਮਝ ਆ ਗਈ ਸੀ ਵੀ ਸਾਡੇ ਫਾਦਰ ਜ਼ਰੂਰ ਕੋਈ ਵੱਡੀ ਹਸਤੀ ਨੇ ਹਾਂਜੀ ਜਿਹਨਾਂ ਦੀ ਗੱਲ ਜਿਹਨਾਂ ਦਾ ਜ਼ਿਕਰ ਹਰ ਵੇਲੇ ਹੁੰਦਾ ਰਹਿੰਦਾ ਹਾਂਜੀ ਕੋਈ ਨਾ ਕੋਈ ਘਰ ਆਇਆ ਹੁੰਦਾ ਸਾਨੂੰ ਮਿਲਣ ਲਈ ਗੱਲ ਕਰਦਾ ਉਹਨਾਂ ਬਾਰੇ ਹਾਂਜੀ 13-12 ਸਾਲ ਦੀ ਉਮਰ ਤੱਕ ਆਉਂਦੇ ਹੋਏ ਸ਼ਾਇਦ ਮੈਂ ਇੱਕ ਅੱਧੇ ਵਾਰ ਥੋੜ੍ਹਾ ਬਹੁਤ ਪੜ੍ਹਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਹਾਂਜੀ ਜਿਵੇਂ ਬੱਚਾ ਹੁੰਦਾ ਉਹਨੂੰ ਸਮਝ ਤੇ ਨਹੀਂ ਸੀ ਆ ਰਹੀ ਮੈਨੂੰ ਇੰਨੀ ਜ਼ਿਆਦਾ ਚੰਗੀ ਤਰ੍ਹਾਂ ਵੀ ਉਹ ਕੀ ਕਹਿਣਾ ਚਾਹੁੰਦੇ ਨੇ ਜਾਂ ਕੀ ਕਿਹਾ ਕਵਿਤਾ ਕੀ ਕਹਿਣਾ ਚਾਹੁੰਦੇ ਇੰਨਾ ਜ਼ਰੂਰ ਮਹਿਸੂਸ ਹੁੰਦਾ ਸੀ ਵੀ ਹਾਂ ਕੋਈ ਕੋਈ ਐਕਸਟਰਾਆਰਡੀਨਰੀ ਗੱਲ ਜ਼ਰੂਰ ਹੈ ਇਸ ਚੀਜ਼ ਦੇ ਵਿੱਚ ਜਿਸ ਕਰਕੇ ਲੋਕ ਹਾਂਜੀ ਉਹਨਾਂ ਦਿਨਾਂ 'ਚ ਬਹੁਤ ਜ਼ਿਆਦਾ ਲੋਕ ਆਉਂਦੇ ਸੀ ਘਰ ਹਾਂਜੀ ਹਰ ਦੂਸਰੇ ਦਿਨ ਹਰ ਵੇਲੇ ਕਈ ਵਾਰ ਸਟੂਡੈਂਟਸ ਹੀ ਆ ਜਾਂਦੇ ਸੀ ਕੋਈ ਆਵਾਜ਼ ਸੁਣਨ ਲਈ ਆਉਂਦਾ ਸੀ ਕੋਈ ਫੋਟੋਗ੍ਰਾਫ ਦੇਖਣ ਦੇ ਲਈ ਆ ਜਾਂਦਾ ਸੀ ਹਾਂਜੀ ਪਰ ਇੱਕ ਗੱਲ ਹੋਰ ਮੈਂ ਕਹਿਣਾ ਚਾਹੂੰਗਾ ਵੀ ਇਹਦੇ ਕਰਕੇ ਨਾ ਜੇ ਉਹਨਾਂ ਦਾ ਜ਼ਿਕਰ ਇੰਨਾ ਜ਼ਿਆਦਾ ਹੁੰਦਾ ਰਿਹਾ ਤਾਂ ਇਹ ਲੱਗਦਾ ਸੀ ਜਿਸ ਤਰ੍ਹਾਂ ਉਹ ਸਾਡੇ ਨਾਲ ਹੀ ਨੇ ਹਰ ਵਕਤ ਇਸ ਚੀਜ਼ ਦਾ ਅਹਿਸਾਸ ਲੋਕਾਂ ਨੇ ਵੀ ਨਹੀਂ ਹੋਣ ਦਿੱਤਾ ਸਾਨੂੰ ਕਿ ਉਹ ਨਹੀਂ ਹੈਗੇ ਕਿ ਜੋ ਤੁਹਾਡੇ ਬਾਰੇ ਤੁਹਾਡੇ ਉਸ ਤੁਹਾਡੇ ਫਾਦਰ ਬਾਰੇ ਕੋਈ ਨਾ ਕੋਈ ਗੱਲ ਕਰਦਾ ਰਹੇ ਹਾਂਜੀ ਕਿਸੇ ਨਾ ਕਿਸੇ ਤਰੀਕੇ ਦੇ ਤਾਂ ਤੁਹਾਨੂੰ ਏਦਾਂ ਹੀ ਲੱਗਣ ਲੱਗ ਜਾਂਦਾ ਵੀ ਹਾਂ ਨਹੀਂ ਨਹੀਂ ਉਹ ਇੱਥੇ ਨਹੀਂ ਕਿਤੇ ਸ਼ਾਇਦ ਉਹਨਾਂ ਬਾਰੇ ਅਸੀਂ ਗੱਲਾਂ ਕਰ ਰਹੇ ਹਾਂ ਮੈਂ ਇਹੀ ਗੱਲ ਕਰਨੀ ਸੀ ਕਿਉਂਕਿ ਜਿਹੜੀ ਆਮ ਇੱਕ ਕੋਈ ਸ਼ਖਸੀਅਤ ਹੁੰਦੀ ਆ ਜਿਹੜੀ ਉਹਦੀ ਹੋਂਦ ਆ ਉਹ ਕਈ ਤਰ੍ਹਾਂ ਦੀ ਹੋਂਦ ਹੁੰਦੀ ਆ ਜੀ ਅਤੇ ਜਿਹੜਾ ਆਮ ਪੰਜਾਬੀ ਆ ਜਿੱਦਾਂ ਅਸੀਂ ਹਾਂ ਅਤੇ ਅਸੀਂ ਤਾਂ ਬਹੁਤ ਛੋਟੇ ਸੀਗੇ ਜਦੋਂ ਉਹਨਾਂ ਦੀ ਮੌਤ ਹੋ ਗਈ ਸਾਨੂੰ ਤਾਂ ਪਤਾ ਹੀ ਨਹੀਂ ਉਸ ਗੱਲ ਦਾ ਅਸੀਂ ਤਾਂ ਬਾਅਦ ਵਿੱਚ ਹੀ ਸਭ ਕੁਝ ਸੁਣਿਆ ਅਤੇ ਪਰ ਸਾਨੂੰ ਕਦੇ ਵੀ ਇੱਦਾਂ ਨਹੀਂ ਲੱਗਾ ਕਿ ਉਹ ਗੈਰ ਹਾਜ਼ਰ ਨਹੀਂ ਉਹ ਤਾਂ ਸਦਾ ਹੀ ਪ੍ਰੈਜ਼ੈਂਟ ਆ ਅਤੇ ਪਰ ਮੈਂ ਇਹੀ ਗੱਲ ਤੁਹਾਡੇ ਨਾਲ ਤਾਂ ਹੀ ਇਹੀ ਕਰਨੀ ਚਾਹੁੰਦਾ ਸੀ ਕਿ ਤੁਹਾਨੂੰ ਘਰ 'ਚ ਵੀ ਇੱਦਾਂ ਲੱਗਾ ਕਿ ਉਹ ਹੁਣ ਗੈਰ ਹਾਜ਼ਰ ਹੋ ਗਏ ਆ ਕਿ ਹੁਣ ਨਹੀਂ ਹੋ ਗਏ ਪਰ ਮੇਰਾ ਖਿਆਲ ਕਿ ਘਰ ਦੇ ਵਿੱਚ ਵੀ
ਇਹ ਗੱਲ ਥੋੜੀ ਜਿਹੀ ਇੱਦਾਂ ਲੱਗੀ ਕਿ ਨਹੀਂ ਨਹੀਂ ਇੱਥੇ ਹੀ ਕਿ ਨਹੀਂ ਕਿਤੇ ਇੱਥੇ ਹੀ ਆਲੇ ਦੁਆਲੇ ਬਿਲਕੁਲ ਬਿਲਕੁਲ ਹਮੇਸ਼ਾ ਇਸ ਤਰ੍ਹਾਂ ਹੀ ਲੱਗਦਾ ਹਮੇਸ਼ਾ ਹਾਂਜੀ ਅੱਜ ਤੱਕ ਵੀ ਇਸ ਤਰ੍ਹਾਂ ਹੀ ਲੱਗਦਾ ਹਾਂ ਦੇਖੋ ਜਿਹੜਾ ਬਹੁਤ ਜ਼ਿਆਦਾ ਇਹ ਗੱਲ ਮਸ਼ਹੂਰ ਆ ਕਿ ਸ਼ਿਵ ਕੁਮਾਰ ਬਟਾਲਵੀ ਹੁਣਾਂ ਨੇ ਬਿਰਹਾ ਬਾਰੇ ਲਿਖਿਆ ਸ਼ਿਵ ਕੁਮਾਰ ਬਟਾਲਵੀ ਹੁਣਾਂ ਨੇ ਗਮ ਬਾਰੇ ਲਿਖਿਆ ਇਹ ਗੱਲਾਂ ਆਮ ਲੋਕ ਬਹੁਤ ਕਰਦੇ ਆ ਅਤੇ ਗੱਲ ਹੈ ਵੀ ਸੱਚੀ ਅਤੇ ਪਰ ਮੈਂ ਇਹ ਗੱਲ ਦੇਖਿਆ ਕਿ ਇੱਕ ਤਾਂ ਉਹਨਾਂ ਦੀ ਕਵਿਤਾ ਦੇ ਵਿੱਚ ਬਹੁਤ ਥੋੜ੍ਹੇ ਇਹੋ ਜਿਹਾ ਕਵੀ ਦੁਨੀਆਂ ਦੇ ਵਿੱਚ ਹੋਏ ਆ ਕਿ ਕੋਈ ਵੀ ਸਬਜੈਕਟ ਤੁਸੀਂ ਲੈ ਲਓ ਜੀ ਉਹਦੇ ਉੱਤੇ ਉਹਨਾਂ ਨੇ ਜ਼ਰੂਰ ਕੁਛ ਨਾ ਕੁਛ ਲਿਖਿਆ ਆ ਪਤਾ ਨਹੀਂ ਕਿੱਦਾਂ ਲਿਖ ਦਿੱਤਾ ਕਿਉਂਕਿ ਸਿਰਫ 36 ਸਾਲ ਦੀ ਤਾਂ ਉਮਰ ਹੋਈ ਆ ਹਾਂਜੀ ਜੀ ਅਤੇ ਇਸ ਕਰਕੇ ਮੇਰਾ ਖਿਆਲ ਜਿਹੜਾ ਉਹਨਾਂ ਦਾ ਮੇਨ ਸਬਜੈਕਟ ਸੀ ਕਵੀ ਨੂੰ ਸਮਝਣ ਲਈ ਇਹ ਦੇਖਣਾ ਪੈਂਦਾ ਕਿ ਮੇਨ ਸਬਜੈਕਟ ਇਨਸਾਨ ਦੀ ਸਾਈਕੀ ਸੀਗੀ ਮਨੋਵਿਗਿਆਨ ਹੀ ਕਿ ਇਨਸਾਨ ਸੋਚਦਾ ਕਿੱਦਾਂ ਆ ਬਹੁਤੀ ਚੀਜ਼ ਨੂੰ ਥੋੜ੍ਹੇ ਸ਼ਬਦਾਂ ਵਿੱਚ ਪੇਸ਼ ਕਰਨਾ ਅਤੇ ਪਰ ਇਹ ਪੜ੍ਹੇ ਬਿਨਾਂ ਆ ਨਹੀਂ ਸਕਦਾ ਅਤੇ ਉਹਨਾਂ ਦੀ ਪੜ੍ਹਾਈ ਕਿੰਨੀ ਕੁ ਸੀ ਇਹ ਗੱਲਾਂ ਕੁਛ ਉਹਨਾਂ ਦੇ ਦੋਸਤਾਂ ਨੇ ਵੀ ਮੈਨੂੰ ਦੱਸੀਆਂ ਮੇਰੇ ਨਾਨਾ ਜੀ ਨੇ ਵੀ ਮੈਨੂੰ ਦੱਸਿਆ ਹਾਂਜੀ ਕੁਛ ਕੁਛ ਚੀਜ਼ਾਂ ਮੇਰੇ ਮਤਲਬ ਕਿ ਮਾਮਾ ਜੀ ਹੋਰਾਂ ਨੇ ਸਭ ਨੇ ਕੁਛ ਨਾ ਕੁਛ ਮੈਨੂੰ ਦੱਸਿਆ ਇਸ ਚੀਜ਼ ਬਾਰੇ ਕਿਉਂਕਿ ਜਦੋਂ ਮੈਨੂੰ ਹੋਸ਼ ਜਾਣੀ ਸ਼ੁਰੂ ਹੋਈ ਹੈ ਘਰ 'ਚ ਬਹੁਤ ਕਿਤਾਬਾਂ ਸੀ ਸਾਡੇ ਬਹੁਤ ਜ਼ਿਆਦਾ ਕਿਤਾਬਾਂ ਸੋ ਮੈਂ ਹੌਲੀ ਹੌਲੀ ਦੇਖਦਾ ਰਿਹਾ ਕੁਛ ਤਾਂ ਮੈਨੂੰ ਮੇਰੇ ਫਾਦਰ ਨੇ ਆਪ ਖਰੀਦੀਆਂ ਹੋਈਆਂ ਸੀ ਕੁਛ ਲੋਕ ਉਹਨਾਂ ਨੂੰ ਜਿੱਦਾਂ ਦੇ ਜਾਂਦੇ ਸੀ ਆਪਣੀ ਕੋਈ ਨਾ ਕੋਈ ਕਿਤਾਬ ਹਾਂਜੀ ਤਾਂ ਉਹਦੇ 'ਚ ਰਸ਼ੀਅਨ ਲਿਟਰੇਚਰ ਤੋਂ ਲੈ ਕੇ ਉਰਦੂ ਲਿਟਰੇਚਰ ਤੋਂ ਲੈ ਕੇ ਹਰ ਤਰ੍ਹਾਂ ਦੀ ਕਿਤਾਬ ਸੀ ਹਰ ਤਰ੍ਹਾਂ ਦੀ ਅਤੇ ਮੈਨੂੰ ਮਾਮਾ ਵੀ ਦੱਸਦੇ ਨੇ ਅਤੇ ਕੁਛ ਚੀਜ਼ਾਂ ਮੈਨੂੰ ਫੈਮਿਲੀ 'ਚ ਬਾਕੀ ਲੋਕ ਵੀ ਦੱਸਦੇ ਆ ਉਹਨਾਂ ਨੇ ਵੀ ਉਹ ਬਹੁਤ ਪੜ੍ਹਦੇ ਸੀ ਈਵਨ ਕਿ ਉਹ ਮਤਲਬ ਬਿਲਕੁਲ ਜਿਹੜੇ ਨਵੇਂ ਬੱਚੇ ਲਿਖਦੇ ਸੀ ਕੋਈ ਨਾ ਕੋਈ ਚੀਜ਼ ਉਹ ਵੀ ਪੜ੍ਹ ਕੇ ਉਹਨਾਂ ਨੂੰ ਯਾਦ ਵੀ ਹੁੰਦੀ ਸੀ ਉਹ ਚੀਜ਼ ਅੱਛਾ ਜੀ ਹਾਂ ਹਾਂਜੀ ਹਾਂਜੀ ਮਤਲਬ ਹਰ ਇੱਕ ਨੂੰ ਪੜ੍ਹਦੇ ਸੀ ਉਹ ਹਰ ਚੀਜ਼ ਪੜ੍ਹਦੇ ਸੀ ਹਾਂ ਅਤੇ ਮੈਨੂੰ ਮੇਰੇ ਨਾਨਾ ਜੀ ਨੇ ਦੱਸਿਆ ਵੀ ਤੁਹਾਡੇ ਮੇਰੇ ਫਾਦਰ ਇੰਨੇ ਜ਼ਿਆਦਾ ਲਾਇਕ ਸੀ ਉਹਨਾਂ ਦੀ ਮੈਮਰੀ ਇੰਨੀ ਸ਼ਾਰਪ ਸੀ ਕਿ ਉਹ ਕਹਿੰਦੇ ਮੈਂ ਮੇਰੇ ਨਾਲ ਜਦੋਂ ਸੈਰ ਕਰਨ ਲਈ ਨਿਕਲੇ ਸੀ ਦੋਵੇਂ ਜਣੇ ਬਾਹਰ ਪਿੰਡ ਦੀ ਗੱਲ ਕਰ ਰਿਹਾ ਮੰਗਿਆਲ ਦੀ ਮੈਂ ਹਾਂਜੀ ਵੀ ਮੈਂ ਉਹਨਾਂ ਨਾਲ ਸੈਰ ਕਰ ਰਿਹਾ ਸੀਗਾ ਅਤੇ ਕਹਿੰਦੇ ਉਹਨਾਂ ਨੇ ਮੈਨੂੰ ਆਪਣੀ ਕਿਤਾਬ ਜਿਹੜੀ ਮੈਂ ਅਤੇ ਮੈਂ ਪੁਸਤਕ ਉਹਨਾਂ ਦੀ ਹਾਂਜੀ 60-70 ਪੰਨਿਆਂ ਦੀ ਹਾਂਜੀ ਉਹ ਪਹਿਲੇ ਸ਼ਬਦ ਤੋਂ ਲੈ ਕੇ ਆਖਰੀ ਸ਼ਬਦ ਤੱਕ ਬਿਨਾਂ ਦੇਖੇ ਬਿਨਾਂ ਪੜ੍ਹੇ ਇੱਦਾਂ ਹੀ ਸੁਣਾ ਦਿੱਤੇ ਅੱਛਾ ਵਾਹ ਜੀ ਪੜ੍ਹਨਾ ਹੀ ਕਾਫੀ ਨਹੀਂ ਉਹ ਬਹੁਤ ਵਾਰੀ ਇਹ ਗੱਲ ਸਾਨੂੰ ਉਹ ਕਹਿੰਦੇ ਹੁੰਦੇ ਸੀ ਕਹਿੰਦੇ ਮੇਰੇ ਕੋਲ ਇੱਥੇ ਕਈ ਲੋਕ ਮਿਲਣ ਆ ਜਾਂਦੇ ਆ ਬੜੇ ਬੜੇ PhDs ਕੀਤੀਆਂ ਆ ਡਾਕਟਰ ਤੇ ਕਹਿੰਦੇ ਉਹਨਾਂ ਨਾਲ ਜਿਹੜੀ ਵੀ ਕਿਤਾਬ ਦੀ ਗੱਲ ਕਰੋ ਉਹ ਕਹਿੰਦੇ ਹਾਂ ਮੈਂ ਇਹ ਵੀ ਪੜ੍ਹੀ ਆ ਆ ਮੈਂ ਇਹ ਵੀ ਪੜ੍ਹੀ ਆ ਪਰ ਕਹਿੰਦੇ ਜਦ ਉਹਨਾਂ ਨੂੰ ਕਹੋ ਵੀ ਉਹਦੇ ਵਿੱਚ ਕੀ ਆ ਕੀ ਲਿਖਿਆ ਉਹਦੇ ਵਿੱਚ ਕਹਿੰਦੇ ਯਾਦ ਉਹਨਾਂ ਨੂੰ ਕੁਛ ਨਹੀਂ ਹਾਂਜੀ ਅਤੇ ਜੇ ਪੜ੍ਹ ਕੇ ਉਹ ਭੁੱਲੀ ਜਾਣਾ ਹਾਂਜੀ ਅਤੇ ਉਹ ਫਿਰ ਤਾਂ ਉਹ ਫਾਇਦਾ ਨਹੀਂ ਉਹਨੂੰ ਰਿਟੇਨ ਵੀ ਕਰਨਾ ਤਾਂ ਹੀ ਉਹਦੇ ਵਿੱਚੋਂ ਕੋਈ ਤੱਤ ਨਿਕਲੂਗਾ ਹਾਂਜੀ ਤੱਤ ਕੱਢਣ ਲਈ ਫਿਰ ਆਪਣੇ ਅੰਦਰ ਵੀ ਕੁਛ ਹੋਣਾ ਚਾਹੀਦਾ ਹਾਂਜੀ ਹਾਂਜੀ ਉਹ ਤਾਂ ਮਸ਼ੀਨਰੀ ਤਾਂ ਫਿਰ ਉਹ ਤੁਹਾਨੂੰ ਪਤਾ ਕਿ ਹੁਣ ਜਿਸ ਤਰੀਕੇ ਨਾਲ ਅਸੀਂ ਸ਼ਿਵ ਕੁਮਾਰ ਬਟਾਲਵੀ ਉਹਨਾਂ ਦਾ ਨਾਮ ਲੈਂਦੇ ਹਾਂ ਅਤੇ ਉਹ ਕੋਈ ਇੱਦਾਂ ਦੀ ਗੱਲ ਨਹੀਂ ਹੈ ਕਿ ਜੀ ਕਿ ਫਲਾਨਾ ਵੀ ਲਿਖਦਾ ਅਤੇ ਧਮਕਾਨਾ ਵੀ ਲਿਖਦਾ ਇਹ ਤਾਂ ਸਦੀਆਂ ਬਾਅਦ ਕੋਈ ਇੱਕ ਇਨਸਾਨ ਇੱਦਾਂ ਕੋਈ ਕੁਦਰਤ ਦਾ ਚਮਤਕਾਰ ਹੁੰਦਾ ਜੀ ਹਾਂਜੀ ਇੱਕ ਉਹਨਾਂ ਨੇ ਨਾ ਸਮੇਂ ਬਾਰੇ ਬਹੁਤ ਕੁਛ ਲਿਖਿਆ ਜਿਹੜਾ ਸਮਾਂ ਆ ਇਹ ਦੇਖ ਲਓ ਉਹਨਾਂ ਕੋਲ ਥੋੜ੍ਹਾ ਵੀ ਸੀਗਾ ਪਰ ਉਹਨਾਂ ਨੇ ਫਿਰ ਵੀ ਸਮੇਂ ਬਾਰੇ ਬਹੁਤ ਕੁਛ ਲਿਖਿਆ ਬਹੁਤ ਤਰ੍ਹਾਂ ਦੀਆਂ ਗੱਲਾਂ ਲਿਖਿਆ ਇੱਕ ਥਾਂ ਉਹ ਲਿਖਦੇ ਆ ਉਹ ਝੱਟ ਕਰੋ ਨਹੀਂ ਖਾ ਲਓ ਟੁੱਕਰ ਜੋ ਵੀ ਹੱਥ ਵਿੱਚ ਫੜਿਆ ਉਹ ਦੇਖੋ ਨਹੀਂ ਚੀਲ ਸਮੇਂ ਦੀ ਉੱਡ ਪਈ ਆਦਮ ਖਾਣੀ ਹਾਂਜੀ ਅਤੇ ਕਿਉਂਕਿ ਜਿਹੜਾ ਜਿਹੜਾ ਜਿਹੜੀ ਸਮੇਂ ਦੀ ਗਿਰਜ ਆ ਉਹਨੇ ਹਰੇਕ ਨੂੰ ਖਾ ਲੈਣਾ ਹਾਂਜੀ ਅਤੇ ਆਦਮੀ ਕਿਸੇ ਵੇਲੇ ਵੀ ਇਹ ਗੱਲ ਕਰਕੇ ਪੈਨਿਕ ਹੋ ਸਕਦਾ ਵੀ ਮੌਤ ਆ ਗਈ ਮੌਤ ਆ ਗਈ ਅਤੇ ਪਰ ਕਹਿਣ ਦਾ ਮਤਲਬ ਇਹ ਹੈ ਸਾਰੀਆਂ ਗੱਲਾਂ ਨੂੰ ਕਿ ਉਹਨਾਂ ਦਾ ਮੇਨ ਮਕਸਦ ਇਹੀ ਸੀਗਾ ਕਿ ਜਿਹੜਾ ਹੁਣ ਦਾ ਪਾ ਲਿਆ ਉਹਨੂੰ ਜਿਉਣਾ ਬਹੁਤ ਜ਼ਰੂਰੀ ਹੈ ਇਹ ਤਾਂ ਉਹਨਾਂ ਦੀ ਲਾਈਫ ਤੋਂ ਸਾਰੇ ਦਿਨ ਨਜ਼ਰ ਮਾਰੋ ਨਾ ਸਾਫ਼ ਸਮਝ ਆਉਂਦਾ ਵੀ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਨਾ ਬਹੁਤ ਬਹੁਤ ਫਾਸਟ ਕਹਿ ਸਕਦੇ ਬਹੁਤ ਰਫ਼ਤਾਰ ਦੇ ਨਾਲ ਜ਼ਿੰਦਗੀ ਜੀ ਹੈ ਹਾਂਜੀ ਭਰਪੂਰ ਜ਼ਿੰਦਗੀ ਜੀ ਹੈ ਉਹਨਾਂ ਨੇ ਇਹ ਨਹੀਂ ਹੈ ਵੀ ਉਹਦੇ 'ਚ ਕੋਈ ਉਹ ਸਿਰਫ ਸ਼ਾਇਰੀ ਜਿਹੜੀ ਹੈ ਉਹਨਾਂ ਦਾ ਜਿਹੜਾ ਜਿਹੜੀ ਆਤਮਾ ਦੀ ਇੱਕ ਆਵਾਜ਼ ਹੁੰਦੀ ਹੈ ਬੰਦੇ ਦੀ ਹਾਂਜੀ ਉਹ ਸ਼ਾਇਦ ਉਹਨਾਂ ਦੇ ਬਿਰਹਾ ਦੇ ਨਾਲ ਹੀ ਰੱਖਦੀ ਸ਼ਾਇਦ ਤਾਲੁਕ ਰੱਖਦੀ ਸੀ ਹਾਂਜੀ ਜਾਂ ਮੈਨੂੰ ਲੱਗਦਾ ਹਰ ਇੱਕ ਦੀ ਹੁੰਦੀ ਹੈ ਹਰ ਇੱਕ ਬੰਦੇ ਦੇ ਅੰਦਰ ਇਹ ਚੀਜ਼ ਜਿਹੜੀ ਆ ਇੱਕ ਵਿਯੋਗ ਇੱਕ ਹਾਂ ਨਿਰਾਸ਼ਾ ਕਹਿ ਲਓ ਉਹਨੂੰ ਜਾਂ ਤੁਸੀਂ ਉਦਾਸੀ ਕਹਿ ਲਓ ਹਾਂਜੀ ਹਾਂਜੀ
ਉਹ ਹਰ ਬੰਦੇ ਦੇ ਵਿੱਚ ਹੁੰਦੀ ਹੈ ਨਾ। ਹਾਂਜੀ ਤਾਂ ਉਹ ਕਵੀ ਸੀਗੇ ਉਹਨਾਂ ਦੇ ਵਿੱਚ ਜਿਹੜਾ ਸਾਨੂੰ ਜ਼ਿਆਦਾ ਨਜ਼ਰ ਆਉਂਦੀ ਹੈ। ਹਾਂ ਤੇ ਪਰ ਜਿਹੜਾ ਉੱਦਾਂ ਉਹਨਾਂ ਦਾ ਰਹਿਣ ਸਹਿਣ ਦਾ ਜਿਸ ਤਰ੍ਹਾਂ ਉਹ ਰਹਿੰਦੇ ਸੀਗੇ, ਜਿਸ ਤਰ੍ਹਾਂ ਦਾ ਉਹ ਹਰ ਰੋਜ਼ ਦਾ ਚਾਲ ਚੱਲਣ ਜਾਂ ਜਿਸ ਤਰ੍ਹਾਂ ਰਹਿਣੀ ਬਹਿਣੀ ਸੀ ਉਹਨਾਂ ਦੀ, ਹਾਂਜੀ ਉਹਦੇ 'ਚ ਹਾਸਾ ਮਜ਼ਾਕ ਚੁਟਕਲੇ ਹਾਂਜੀ ਸਾਰਾ ਕੁਛ ਸੀਗਾ। ਹਾਂ ਜੇ ਸ਼ੇਰ ਪਟਾਲ ਵੀ ਜੇ ਕਿਤੇ ਬੈਠੇ ਆ ਤੇ ਮਹਿਫਿਲ ਹੀ ਲੱਗੀ ਹੋਈ ਹੈ ਤੇ ਉੱਥੇ ਲੋਕ ਹੱਸ ਰਹੇ ਆ, ਚੁਟਕਲੇ ਚੱਲ ਰਹੇ ਆ। ਹਾਂ ਤੇ ਸਾਰਾ ਕੁਛ ਏਦਾਂ ਸੀ, ਇਸ ਤਰ੍ਹਾਂ ਇਹ ਨਹੀਂ ਹੈ, ਇਹ ਤਾਂ ਸਿਰਫ ਕਿਉਂਕਿ ਕੁਛ ਲੋਕ ਨਹੀਂ ਜਾਣਦੇ ਜਿਹੜੇ ਲੋਕ ਉਹਨਾਂ ਨੂੰ, ਹਾਂਜੀ ਜਾਂ ਕੁਛ ਲੋਕਾਂ ਨੇ ਫੋਟੋਆਂ ਦੇਖੀਆਂ ਕਿਤੇ ਇਸ ਤਰ੍ਹਾਂ ਹੱਥ ਰੱਖਿਆ ਕਿਤੇ ਕੁਛ, ਤੇ ਉਹ ਲੱਗਦਾ ਵੀ ਸ਼ਾਇਦ ਉਦਾਸ ਹੀ ਰਹਿੰਦੇ ਸੀ ਸਾਰਾ ਦਿਨ। ਇੱਕ ਨਾ ਸੁਰਜੀਤ ਪਾਤਰ ਹੋਣਾ ਦਾ ਸ਼ੇਅਰ ਆ, ਮੈਨੂੰ ਪੂਰਾ ਯਾਦ ਨਹੀਂ, ਕਿ ਕਿਤੇ ਜੇ ਵਕਤ ਦੀ ਰਗ ਰਗ 'ਚ ਜ਼ਹਿਰ ਨਾ ਘੁਲਦਾ, ਮੇਰੀ ਗਜ਼ਲ 'ਚ ਵੀ ਫੁੱਲਾਂ ਦਾ ਜ਼ਿਕਰ ਹੋਣਾ ਸੀ। ਹਾਂਜੀ ਅਤੇ ਪਰ ਦੂਜੇ ਪਾਸੇ ਇਹ ਵੀ ਗੱਲ ਆ ਕਿ ਜਿਹੜਾ ਕਵੀ ਆ ਜਾਂ ਆਰਟਿਸਟ ਇਨ ਜਨਰਲ ਆ ਜੀ, ਹਾਂਜੀ ਉਹ ਥੋੜ੍ਹਾ ਜਿਹਾ ਉਦਾਸ ਹੁੰਦਾ ਹੀ ਹੈ। ਅਤੇ ਮੇਰਾ ਇਹ ਸੋਚਣਾ, ਮੈਂ ਹੋਰ ਵੀ ਬਹੁਤ ਆਰਟਿਸਟਾਂ ਨੂੰ, ਮਹਾਨ ਲੋਕਾਂ ਨੂੰ ਮਿਲ ਕੇ ਦੇਖਿਆ ਕਿ ਉਹ ਬਹੁਤ ਡੂੰਘੀ ਸੋਚ ਵਾਲੇ ਜਿਹੜੇ ਬੰਦੇ ਹੁੰਦੇ ਆ, ਅਤੇ ਉਹ ਜਾਣੀ ਕਿ ਥੋੜ੍ਹੇ ਜਿਹੇ ਉਦਾਸੀ ਪੱਖ ਨੂੰ ਵੀ ਹੁੰਦੇ ਆ। ਪਰ ਦੇਖੋ ਉਸ ਉਦਾਸੀ 'ਚੋਂ ਕਿੰਨਾ ਕੁਛ ਦੇ ਜਾਂਦੇ ਸਾਨੂੰ। ਹਾਂਜੀ ਜੇ ਉਦਾਸੀ ਉਹਨਾਂ ਸੀਗੀ ਤਾਂ ਉਹਨਾਂ ਨੇ ਸਾਨੂੰ ਮਤਲਬ ਉਦਾਸੀ ਨਹੀਂ ਦਿੱਤੀ, ਸਾਨੂੰ ਦੇਖੋ ਕੀ ਦਿੱਤਾ ਹੈ, ਕਵਿਤਾ ਦੀ ਜਿਹੜੀ ਦਾਤ ਦਿੱਤੀ ਹੈ। ਹਾਂਜੀ ਹਾਂ ਉਹ ਆਪਣੀ ਉਦਾਸੀ 'ਚੋਂ ਦੇਖੋ, ਉਹ ਇਸ 'ਚੋਂ ਵੀ ਕੁਛ ਕੱਢ ਕੇ ਕੁਛ ਨਾ ਕੁਛ ਦੇ ਕੇ ਗਏ ਸਾਨੂੰ ਲੋਕ। ਆਮ ਬੰਦਾ ਤਾਂ ਉਦਾਸ ਹੈ ਤਾਂ ਉਹ ਹਰ ਵੇਲੇ ਕਹਿ ਲਓ ਵੀ ਨੈਗੇਟਿਵ ਖਿਆਲਾਂ 'ਚ ਖੁਬਿਆ ਰਹਿੰਦਾ ਜਾਂ ਹੋਰ ਸਾਰਾ ਕੁਛ, ਕਵਿਤਾ ਸ਼ਿਵਰ ਕੇ ਬੰਦੇ ਕਵਿਤਾ ਦੇ ਜਾਂਦੇ ਸਾਨੂੰ। ਉਹੀ ਗੱਲ ਨਹੀਂ, ਜਿਹੜਾ ਕਲਾਕਾਰ ਆ ਆਰਟਿਸਟ ਆ, ਚਾਹੇ ਉਹ ਪੇਂਟਰ ਹੋਵੇ, ਚਾਹੇ ਉਹ ਕੋਈ ਜਿੱਦਾਂ ਥੋੜ੍ਹਾ ਜਿਹਾ ਇੰਟਰੋਵਰਟ ਬੰਦਾ ਹੁੰਦਾ ਨਾ ਜਿਹੜਾ ਜਾਣੀ ਕਿ ਆਪਣੇ ਆਪ 'ਚ ਰਹਿਣ ਵਾਲਾ, ਅਤੇ ਉਹ ਜਦੋਂ ਪਾਰਟੀ 'ਚ ਜਾ ਕੇ ਚਾਹੇ ਉਹ ਜੋਕ ਕਰਦਾ, ਚਾਹੇ ਉਹ ਸਟੇਜ 'ਤੇ ਜਾ ਕੇ ਕਵਿਤਾ ਬੋਲਦਾ, ਚਾਹੇ ਕੋਈ ਗੀਤ ਬੋਲਦਾ, ਅਤੇ ਇਹਨੂੰ ਜਿਹੜੇ ਹੈਗੇ ਆ ਹੁਣ ਜਿਹੜੇ ਮਨੋਵਿਗਿਆਨੀ ਉਹ ਇਹ ਕਹਿੰਦੇ ਆ ਵੀ ਇਹ ਥੋੜ੍ਹਾ ਜਿਹਾ ਕੋਪਿੰਗ ਮੈਕੇਨਿਜ਼ਮ ਵੀ ਆ, ਕਿ ਕੋਈ ਬੰਦਾ ਜੇ ਜਾਣੀ ਕਿ ਖੁੱਲ੍ਹ ਬਾਹਰ ਨੂੰ ਪੂਰਾ ਖੁੱਲ੍ਹਾ ਨਹੀਂ ਹੈ ਤਾਂ ਉਹ ਇੱਕ ਤਰੀਕਾ ਕੱਢ ਲੈਂਦਾ ਆਪਣੇ ਆਪ ਦਾ ਕਿ ਮੈਂ ਲੋਕਾਂ ਦੇ ਵਿੱਚ ਕਿੰਜ ਵਿਚਰਨਾ। ਅਤੇ ਜਦੋਂ ਉਹਨੇ ਦੇਖਣਾ ਹੁੰਦਾ ਕਿ ਮੈਂ ਲੋਕਾਂ ਦੇ ਵਿੱਚ ਕਿੰਜ ਵਿਚਰਨਾ, ਅਤੇ ਉਹ ਦੇਖਣ ਲਈ ਉਹਨੂੰ ਜਿਹੜੀ ਆਮ ਇਨਸਾਨੀਅਤ ਆ, ਸਾਡਾ ਜਿਹੜਾ ਸਮਾਜਿਕ ਤਾਣਾ ਬਾਣਾ ਆ, ਉਹਨੂੰ ਉਹ ਬਹੁਤ ਨੇੜਿਓਂ ਦੇਖਦਾ ਕਿ ਕਿਸ ਤਰੀਕੇ ਨਾਲ ਲੋਕ ਇੱਕ ਦੂਜੇ ਨਾਲ ਮਿਲ ਗਿਲ ਰਹੇ ਆ, ਕੀ ਕਰ ਰਹੇ ਆ, ਅਤੇ ਉਹਦੇ ਨਾਲ ਉਹਨੂੰ ਉਹਦੀ ਸਮਝ ਆਮ ਆਦਮੀ ਨਾਲੋਂ, ਜਿਹੜਾ ਸਹਿਜ ਸੁਭਾਅ ਹੀ ਉਹਦੇ ਵਿੱਚ ਦੀ ਵਿਚਰ ਰਿਹਾ, ਉਹਦੇ ਨਾਲੋਂ ਉਹਨੂੰ ਉਹਦੀ ਸਮਝ ਜ਼ਿਆਦਾ ਆਉਣ ਲੱਗ ਪੈਂਦੀ ਆ। ਅਤੇ ਫਿਰ ਇਹਨਾਂ ਚੀਜ਼ਾਂ ਦੇ ਵਿੱਚੋਂ ਗਾਂਹ ਵੱਧ ਕੇ ਕਿ ਕੋਈ ਕੋਈ ਇੱਦਾਂ ਪੈਦਾ ਹੁੰਦਾ ਕਿ ਉਹਨੂੰ ਉਹ ਸਮਝ ਦੀ ਕੋਈ ਹੱਦ ਹੀ ਨਹੀਂ ਰਹਿੰਦੀ। ਰੱਬੀ ਰਾਤ ਐਸੀ ਮਿਲਦੀ ਹੈ ਬਸ। ਹਾਂਜੀ ਇਹ ਪਰ ਕੁਦਰਤ ਦਿੰਦੀ ਆ, ਹਰ ਇੱਕ ਕੋਲ ਨਹੀਂ ਹੁੰਦੀ ਇਹ ਚੀਜ਼। ਹਾਂਜੀ ਜਿਹੜਾ ਤੀਸਰਾ ਨੇਤਰ ਖੁੱਲਦਾ ਨਾ, ਕਿਸੇ ਕਿਸੇ ਦਾ ਹੀ ਹੁੰਦਾ, ਉਹ ਹਰ ਇੱਕ ਦਾ ਨਹੀਂ ਹੋ ਸਕਦਾ। ਨਹੀਂ ਹੋ ਸਕਦਾ ਜੀ, ਨਹੀਂ ਹੋ ਸਕਦਾ। ਅਤੇ ਪਰ ਇੱਕ ਹੁਣ ਥੋੜ੍ਹਾ ਜਿਹਾ ਤੁਸੀਂ ਹੋਰ ਦੱਸੋ ਕਿ ਜਿਹੜੀਆਂ ਹੁਣ ਤੁਸੀਂ ਗੱਲਾਂ ਬਾਅਦ 'ਚ ਸੁਣੀਆਂ ਕਿ ਕਿਸ ਤਰੀਕੇ ਨਾਲ ਰਹਿੰਦੇ ਸੀ, ਕਿੱਥੇ ਉਹਨਾਂ ਨੇ ਜੌਬ ਕੀਤੀ, ਜਾਂ ਤੁਸੀਂ ਆਪਣੀ ਮਾਮ ਤੋਂ ਸੁਣੀਆਂ, ਆਪਣੀ ਮਾਤਾ ਜੀ ਤੋਂ ਸੁਣੀਆਂ ਹੁਣ ਗੱਲਾਂ, ਉਹਨਾਂ ਦੇ ਵਿੱਚੋਂ ਕੁਝ ਥੋੜ੍ਹੀਆਂ ਜਿਹੀਆਂ ਸਾਡੇ ਨਾਲ ਸਾਂਝੀਆਂ ਕਰੋ, ਉਹਨਾਂ ਦੀਆਂ ਪਰਸਨਲ ਗੱਲਾਂ ਕੁਛ। ਹਾਂਜੀ ਮੈਂ ਦੋਸਤਾਂ ਦੇ ਪੱਖ ਤੋਂ, ਉਹਨਾਂ ਦੇ ਮਤਲਬ ਕਿ ਮਾਮਾ ਦੇ ਹਿਸਾਬ ਨਾਲ ਸਾਰਿਆਂ ਦੀ ਮੈਂ ਦੋਸਤੋਂ ਤੁਹਾਨੂੰ ਗੱਲਾਂ ਦੱਸਦਾ ਪੁੱਛੀ। ਹਾਂਜੀ ਮਦਰ ਤੋਂ ਸ਼ੁਰੂ ਕਰਦੇ ਹਾਂ। ਹਾਂਜੀ ਉਹ ਜਿਵੇਂ ਉਹ ਗੀਤ ਬਹੁਤ ਪਾਪੂਲਰ ਉਹਨਾਂ ਦਾ, ਲੋਕੀ ਪੂਜਨ ਰੱਬ ਮੈਂ ਤੇ ਰੱਬੇ ਰਹਿਣਾ। ਹਾਂਜੀ ਇਹ ਗੀਤ ਉਹਨਾਂ ਨੇ ਵਿਆਹ ਤੋਂ ਥੋੜ੍ਹੇ ਦਿਨਾਂ ਬਾਅਦ ਹੀ ਲਿਖਿਆ ਹੈ। ਅੱਛਾ ਜੀ ਜਿਵੇਂ ਸ਼ਾਇਦ ਹਫ਼ਤਾ ਵੀ ਹੋਇਆ ਹੋਣਾ ਜਦੋਂ ਉਹਨਾਂ ਨੇ ਲਿਖਿਆ। ਉਹ ਮੇਰੇ ਮਦਰ ਕਹਿ ਰਹੇ ਵੀ ਅਸੀਂ ਰਸੋਈ 'ਚ ਮੈਂ ਕੰਮ ਕਰਦੀ ਸੀ ਅਤੇ ਨਾਲ ਹੀ ਨੀਚੇ ਬੈਠੇ ਸੀ ਰਸੋਈ ਦੇ 'ਚ ਸਾਈਡ 'ਤੇ ਨਾ, ਅਤੇ ਉੱਥੇ ਲਿਖ ਰਹੇ ਸੀ ਬੈਠੇ। ਕਹਿੰਦੇ ਅਚਾਨਕ ਉਹਨਾਂ ਨੂੰ ਪਤਾ ਨਹੀਂ ਕੀ ਲੱਗਿਆ, ਮੈਂ ਕੀ ਲਿਖਿਆ, ਕਹਿੰਦੇ ਮੈਨੂੰ ਇੱਕਦਮ ਆਪਣੇ ਕੋਲ ਬਿਠਾ ਲਿਆ ਅਤੇ ਹੱਸਣ ਲੱਗ ਗਏ। ਕਹਿੰਦੇ ਦੇਖ ਲੋਕ ਕਹਿਣਗੇ ਵੀ ਅਜੇ ਵੀ ਬਿਰਹਾ ਬਿਰਹਾ ਕਰੀ ਜਾਂਦਾ, ਵਿਆਹ ਵੀ ਹੋ ਗਿਆ ਹੁਣ ਅਤੇ ਅਜੇ ਵੀ ਬਿਰਹਾ ਬਿਰਹਾ ਲਿਖੀ ਜਾਂਦਾ। ਕਹਿੰਦੇ ਇੰਨਾ ਸੀਰੀਅਸ ਗੀਤ ਤਾਂ ਇੰਨਾ ਹੱਸ ਰਹੇ ਸੀ ਉਸ ਵੇਲੇ ਉਹ, ਅਤੇ ਜਦੋਂ ਬਾਅਦ 'ਚ ਪੜ੍ਹਿਆ ਜਾਂ ਸੁਣਿਆ ਜਿਸ ਤਰ੍ਹਾਂ ਵੀ ਉਹਨਾਂ ਨੇ ਗਾ ਕੇ ਸੁਣਾਇਆ ਉਹਨਾਂ ਨੂੰ, ਉਹਨੂੰ ਲੱਗਿਆ ਵੀ ਇੰਨੀ ਸੀਰੀਅਸ ਗੱਲ ਜਿਹੜੀ ਉਹ ਕਿੰਨੇ ਮੈਂ ਸਹਿਜ ਸੁਭਾਅ ਆਰਾਮ ਨਾਲ ਕਰ ਰਹੇ ਨੇ, ਨਾ ਕੋਈ ਮਤਲਬ ਜਿਸ ਤਰ੍ਹਾਂ ਲੱਗ ਜਿੱਦਾਂ ਦਾ ਮਾਹੌਲ 'ਚ ਬੈਠੇ ਸੀ ਉਸ ਤਰ੍ਹਾਂ ਲੱਗ ਹੀ ਨਹੀਂ ਸੀ ਰਿਹਾ ਵੀ ਇੰਨੀ ਸੀਰੀਅਸ ਇੰਨੀ ਗੰਭੀਰ ਚੀਜ਼ ਲਿਖ ਰਹੇ ਹੈ। ਕਮਾਲ ਉਹ ਬਹੁਤ ਕਮਾਲ ਦਾ ਗੀਤ ਹੈ ਉਹ,
ਕਹਿੰਦੇ ਇਸ ਗੱਲ ਤੇ ਮਜ਼ਾਕ ਤੇ ਇੱਕ ਗੱਲ ਹੋਰ ਦੱਸਦੇ ਆ ਮਾਵਾ ਕਹਿੰਦੇ ਇਹਨਾਂ ਨੇ ਉਦੋਂ ਵੀ ਇਹਨਾਂ ਚ ਕਿਹੜਾ ਗੀਤ ਸੀਗਾ ਉਹ ਕੋਈ ਗੀਤ ਲਿਖਿਆ ਉਹਨਾਂ ਨੇ ਉਸ ਟਾਈਮ ਸ਼ਾਇਦ ਰੋਜ਼ ਮੈਂ ਤਾਰਾ ਤਾਰਾ ਗਿਣ ਕੇ ਰਾਤ ਬਿਤਾਉਂਦਾ ਹਾਂ ਸ਼ਾਇਦ ਇਹ ਗਾਣਾ ਲਿਖਿਆ ਉਹ ਤੇ ਕਹਿੰਦੇ ਗੁਣਗੁਣਾ ਰਹੇ ਸੀ ਗੁਣਗੁਣਾ ਕੇ ਜਾ ਰਹੇ ਤੇ ਜਿੱਦਾਂ ਮੈਂ ਇੱਦਾਂ ਮੰਜੇ ਦੇ ਲੇਟੀ ਹਾਂ ਤੇ ਕੋਲ ਖੜੇ ਉਹਦੀ ਧੁਨ ਬਣਾ ਰਹੇ ਧੁਨ ਤਿਆਰ ਕਰ ਰਹੇ ਸੀ ਕਿਸ ਤਰ੍ਹਾਂ ਗਾਣੇ ਹਾਂਜੀ ਹਾਂ ਤੇ ਕਹਿੰਦੇ ਅਚਾਨਕ ਹੀ ਜਿੱਦਾਂ ਉਹਨਾਂ ਨੂੰ ਲੱਗਿਆ ਤੇ ਵੀ ਮੈਂ ਲੇਟੀ ਹਾਂ ਮੇਰੇ ਕੋਲ ਹੀ ਇੱਦਾਂ ਬੈਠਣ ਲੱਗੇ ਬੈਠੇ ਕਹਿੰਦੇ ਮੰਜਾ ਟੁੱਟ ਗਿਆ ਅਸੀਂ ਦੋਵੇਂ ਵਿਚ ਗਿਰ ਗਏ ਕਹਿੰਦੇ ਲਿਖ ਰਿਹਾ ਸੀਰੀਅਸ ਚੀਜ਼ ਹੈ ਨਾ ਲੋਕ ਰੋਂਦੇ ਆ ਉਸ ਚੀਜ਼ ਨੂੰ ਸੁਣ ਕੇ ਪੜ੍ਹ ਕੇ ਪਰ ਜਦੋਂ ਉਹ ਉਹ ਬੰਦਾ ਉਹ ਚੀਜ਼ ਸਾਰੀ ਰਚ ਰਿਹਾ ਹੁੰਦਾ ਉਸ ਟਾਈਮ ਉਹ ਦੇਖੋ ਉਸ ਦਿਨ ਵਧੀਆ ਲਿਖ ਹੁੰਦਾ ਜਿਸ ਦਿਨ ਤੁਹਾਡਾ ਮੂਡ ਸਹੀ ਹੋਵੇ ਕਿਉਂਕਿ ਦਿਮਾਗ ਥੋੜਾ ਫਰੀ ਹੁੰਦਾ ਤੇ ਇਹ ਗੱਲ ਤੁਸੀਂ ਬਹੁਤ ਵਧੀਆ ਕੀਤੀ ਇੱਕ ਵਾਰ ਸਾਡੇ ਘਰ ਕੋਈ ਬੰਦੇ ਆ ਗਿਆ ਜੀ ਤੇ ਮੰਗਲ ਹਠੂਰ ਹੁਣੀ ਸਾਡੇ ਘਰ ਬੈਠੇ ਜੀ ਤੇ ਪਰ ਉੱਥੇ ਇੱਕ ਮੰਗਲ ਹੋਣਾ ਨੇ ਗੱਲ ਕੀਤੀ ਜਿਹੜੀ ਸਿਰਫ ਕਵੀ ਸਮਝ ਸਕਦੇ ਜਾਂ ਤੁਸੀਂ ਸਮਝ ਸਕਦੇ ਆ ਇੰਨੇ ਬੜੇ ਪਰਿਵਾਰ 'ਚ ਹੋਣ ਕਰਕੇ ਅਤੇ ਉਹ ਨਹੀਂ ਜੀ ਉਹ ਬਹੁਤ ਮੰਗਲ ਹੋਣਾ ਨੂੰ ਕਹਿਣ ਕਹਿੰਦੇ ਤੁਸੀਂ ਜੀ ਗੀਤ ਬਹੁਤ ਵਧੀਆ ਲਿਖਦੇ ਆ ਅਤੇ ਉਹਨਾਂ ਨੇ ਇੱਕ ਗੱਲ ਕੀਤੀ ਕਹਿੰਦੇ ਜੀ ਮੇਨ ਗੱਲ ਇਹ ਆ ਕਿ ਤੁਸੀਂ ਬਹੁਤ ਸਾਰੇ ਵਿਸ਼ਿਆਂ 'ਤੇ ਲਿਖਿਆ ਹਾਂਜੀ ਤੇ ਮੰਗਲ ਹੁਣੀ ਕਹਿੰਦੇ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੇ ਤੁਹਾਨੂੰ ਇੱਦਾਂ ਲੱਗਦਾ ਮੈਂ ਬਹੁਤ ਵਿਸ਼ਿਆਂ 'ਤੇ ਲਿਖਿਆ ਪਰ ਮੈਂ ਤਾਂ ਇੱਕੋ ਹੀ ਚੀਜ਼ ਲਿਖਦਾ ਜੀ ਹਾਂਜੀ ਅਤੇ ਉਹ ਗੱਲ ਕਿਸੇ ਨੇ ਗਾਂਹ ਗੌਰ ਵੀ ਨਹੀਂ ਕੀਤੀ ਅਤੇ ਉਹ ਕੋਈ ਗੱਲ ਗਾਂਹ ਵਧੀ ਵੀ ਨਹੀਂ ਕਿਉਂਕਿ ਉਹ ਆਮ ਬੰਦੇ ਦੇ ਉੱਪਰ ਦੀ ਗੱਲ ਲੰਘ ਗਈ ਅਤੇ ਪਰ ਕਿਉਂਕਿ ਕਵੀ ਇੱਕ ਹੀ ਚੀਜ਼ ਕਰਦਾ ਉਹਦੇ ਅੰਦਰ ਜਿਹੜਾ ਇੱਕ ਜ਼ਿੰਦਗੀ ਦਾ ਤਰਜਮਾ ਚੱਲ ਰਿਹਾ ਉਹਨੂੰ ਹੀ ਉਹ ਲਿਖ ਰਿਹਾ ਹਾਂਜੀ ਉਹਨਾਂ ਦੇ ਇੱਕ ਦੋਸਤ ਨੇ ਜਿਹੜੇ ਸਟੇਟ ਬੈਂਕ ਆਫ ਇੰਡੀਆ 'ਚ ਉਹਨਾਂ ਦੇ ਨਾਲ ਜੋਬ ਕਰਦੇ ਸੀਗੇ ਹਾਂਜੀ ਅਤੇ ਉਹ ਕਹਿੰਦੇ ਵੀ ਇਸ ਤਰ੍ਹਾਂ ਵੀ ਕਿਉਂਕਿ ਆਲਰੇਡੀ ਜੋਬ ਮਿਲੀ ਹੋਈ ਸੀ ਉਹਨਾਂ ਨੂੰ ਅੱਛਾ ਜੀ ਹਾਂਜੀ ਉਹ ਉਹਨਾਂ ਨੇ ਅਦਰਵਾਈਜ਼ ਕੋਈ ਕੰਮ ਨਹੀਂ ਸੀ ਉੱਥੇ ਕਰਨਾ ਹੁੰਦਾ ਇੱਕ ਲਾਇਬ੍ਰੇਰੀ ਬਣਾਈ ਹੋਈ ਸੀ ਬੈਂਕ ਦੇ ਵਿੱਚ ਹਾਂਜੀ ਅਤੇ ਉੱਥੇ ਇੱਕ ਮੈਨੂੰ ਲੱਗਦਾ ਸ਼ਾਇਦ ਬੈੱਡ ਤਖ਼ਤ ਪੋਸ਼ ਜਿਹਾ ਸੀਗਾ ਜਿਹਦੇ 'ਤੇ ਮਤਲਬ ਕਿ ਬਿਸਤਰਾ ਵੀ ਲੱਗਿਆ ਉੱਥੇ ਆਰਾਮ ਵੀ ਕਰ ਸਕਦੇ ਹੋ ਤੁਸੀਂ ਹਾਂਜੀ ਹਾਂਜੀ ਉੱਥੇ ਬਹਿ ਕੇ ਮਤਲਬ ਉੱਥੇ ਬੈਠ ਕੇ ਚਲੇ ਜਾਂਦੇ ਸੀ ਥੋੜ੍ਹੀ ਦੇਰ ਬੈਠ ਕੇ ਨਾ ਕਦੇ ਕਦੇ ਗੇਮ 'ਚ ਜਾਣਾ ਉੱਥੇ ਉੱਥੇ ਬਹਿਣਾ ਦੋਸਤਾਂ ਨੇ ਆਉਣਾ ਫਿਰ ਚਲੇ ਜਾਣਾ ਉਹਨਾਂ ਨਾਲ ਕਹਿੰਦੇ ਇੱਦਾਂ ਹੀ ਇੱਕ ਦਿਨ ਸਾਡੇ ਮੇਰਾ ਜਿਹੜਾ ਮੇਨ ਮੈਨੇਜਰ ਸੀਗਾ ਬ੍ਰਾਂਚ ਦਾ ਉਹ ਬਦਲ ਗਿਆ ਨਵਾਂ ਆ ਗਿਆ ਬੰਦਾ ਤੇ ਉਹਨੂੰ ਫੀਲ ਹੋਇਆ ਵੀ ਇਹ ਬੰਦਾ ਆਉਂਦਾ ਹੈ ਬੈਠ ਕੇ ਇੱਦਾਂ ਦੋਸਤਾਂ ਜਿਹਾ ਬੈਠਦਾ ਹੈ ਗੱਲ ਗੱਪਾਂ ਗੁੱਪਾਂ ਮਾਰ ਕੇ ਚਲਾ ਜਾਂਦਾ ਕੰਮ ਤਾਂ ਕੋਈ ਕਰ ਨਹੀਂ ਰਿਹਾ ਹਾਂਜੀ ਵੀ ਇਹਨੂੰ ਕੰਮ ਦੇਣਾ ਮੈਂ ਕੋਈ ਨਾ ਕੋਈ ਤੇ ਕਹਿੰਦੇ ਕਾਫੀ ਸਾਰੇ ਫਾਇਲ ਚੱਕ ਕੇ ਨਾ ਤੇ ਲਿਆ ਕੇ ਉਹਨਾਂ ਦੇ ਅੱਗੇ ਰੱਖਦੇ ਆ ਪਾਪਾ ਦੇ ਵੀ ਆਹ ਲੋਕ ਕਹਿੰਦੇ ਇਹ ਫਾਇਲ ਸਾਰੇ ਤੁਸੀਂ ਇਹ ਸਾਰਾ ਜੋ ਵੀ ਹਿਸਾਬ ਕਿਤਾਬ ਹੈ ਸਾਰਾ ਕਰਕੇ ਦਿਓ ਮੈਨੂੰ ਜਲਦੀ ਹਾਂਜੀ ਆਪਾਂ ਨੇ ਫਾਇਲ ਵੱਲ ਦੇਖਿਆ ਫਿਰ ਉਹਨਾਂ ਵੱਲ ਦੇਖ ਕੇ ਕਹਿੰਦੇ ਵੀ ਪੈਨ ਵੀ ਦੇ ਦਿਓ ਮੈਨੂੰ ਕੋਈ ਗੱਲ ਹਾਂ ਕਹਿੰਦੀ ਆਹ ਦੇਖੋ ਤੁਹਾਡੇ ਆਹ ਕੋਟ ਦੀ ਇੱਥੇ ਲੱਗਿਆ ਹੋਇਆ ਤੁਹਾਡੇ ਕੋਲ ਪੈਨ ਜੀ ਉਹ ਪੈਨ ਵੱਲ ਦੇਖ ਕੇ ਕਹਿੰਦੇ ਕਹਿੰਦੇ ਨਹੀਂ ਇਹ ਪੈਨ ਤਾਂ ਕਹਿੰਦੇ ਸਿਰਫ ਕਵਿਤਾ ਹੀ ਲਿਖਦਾ ਹੈ ਵੀ ਤੁਸੀਂ ਜੇ ਕੰਮ ਕਰਵਾਇਆ ਤਾਂ ਤੁਸੀਂ ਆਪਣਾ ਪੈਨ ਦੇ ਦਿਓ ਹਾਂਜੀ ਜੇ ਬੈਂਕ ਦਾ ਕੰਮ ਕਰਾਉਣਾ ਤਾਂ ਆਪਣਾ ਬੈਂਕ ਵਾਲਾ ਪੈਨ ਦਿਓ ਸੋ ਇੱਦਾਂ ਕਈ ਚੀਜ਼ਾਂ ਕਈ ਕੁਛ ਸੁਣਾਉਂਦੇ ਨੇ ਉਹਨਾਂ ਬਾਰੇ ਬੜਾ ਹਾਂਜੀ 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 ਅਤੇ ਉਸ ਵੇਲੇ ਉਹਨਾਂ ਦਾ ਇੱਕ ਸਰਕਲ ਸੀ ਉਸ ਵੇਲੇ ਨਾ ਕੁਝ ਕਵੀ ਜਿਹੜੇ ਸੀਗੇ ਉਹਨਾਂ ਦਾ ਵੀ ਬਹੁਤ ਟਾਈਟ ਸਰਕਲ ਸੀ ਉਹਦੇ ਬਾਰੇ ਵੀ ਕੁਝ ਦੱਸੋ ਕਿ ਇੱਕ ਦੂਜੇ ਦਾ ਬੜਾ ਇੱਕ ਦੂਜੇ ਦੀ ਬੜੀ ਹੈਲਪ ਕਰਦੇ ਸੀ ਕਵੀ ਅਤੇ ਇੱਕ ਗਰੁੱਪ ਜਿਹਾ ਇੱਕ ਟਾਈਟ ਗਰੁੱਪ ਜਿਹਾ ਵੀ ਉਹਨਾਂ ਦਾ ਬਣਿਆ ਹੋਇਆ ਸੀ ਹਾਂਜੀ ਹਾਂਜੀ ਉਹਦੇ 'ਚ ਕੁਛ ਦੋਸਤ ਸੀਗੇ ਹਾਂਜੀ ਸਪੈਸ਼ਲੀ ਚੰਡੀਗੜ੍ਹ ਦੇ ਜਿਹੜੀ ਥਾਂ ਸੀ ਵੈਸੇ ਤਾਂ ਉਹ ਹਰ ਇੱਕ ਦੇ ਦੋਸਤ ਸੀਗੇ ਉਹ ਕਿਸੇ ਦੇ ਨਾਲ ਹਾਂਜੀ ਏਦਾਂ ਦਾ ਕੋਈ ਨਹੀਂ ਸੀਗਾ ਵੀ ਮੈਂ ਇਹਦੇ ਨਾਲ ਜਾਂ ਉਹਦੇ ਨਾਲ ਨਹੀਂ ਹਾਂ ਇਸ ਪਾਰਟੀ ਦੇ ਵਿੱਚ ਏਦਾਂ ਦੇ ਜਿਵੇਂ ਕਵੀਆਂ ਦੇ ਵਿੱਚ ਵੀ ਪੋਲਿਟਿਕਸ ਤਾਂ ਹੁੰਦੀ ਹੈ ਨਾ ਹਾਂਜੀ ਹਾਂਜੀ ਉਹ ਉਹ ਇਸ ਚੀਜ਼ ਤੋਂ ਪਰੇ ਸੀਗੇ ਹਾਂਜੀ ਮੈਨੂੰ ਯਾਦ ਆ ਵੀ ਇੱਕ ਵਾਰ ਮੈਨੂੰ ਸ਼ਾਇਦ ਕਪੂਰਥਲੇ ਕੋਈ ਸੀਗਾ ਕਵੀ ਦਰਬਾਰ
ਹਾਂ ਜੀ ਉੱਥੇ ਉੱਥੇ ਇਹਨਾਂ ਨੂੰ ਬੁਲਾਇਆ ਹੋਇਆ ਸੀ ਤੇ ਥੋੜਾ ਜਿਹਾ ਲੇਟ ਪਹੁੰਚਦੇ ਸੀ ਹਰ ਜਗ੍ਹਾ ਜਿੱਥੇ ਵੀ ਜਾਂਦੇ ਥੋੜਾ ਜਿਹਾ ਲੇਟ ਪਹੁੰਚੇ ਹੋਣੇ ਆ ਤੇ ਜਾ ਕੇ ਜਿੱਥੇ ਕਵੀ ਅੱਗੇ ਬੈਠੇ ਸੀ ਉਹਨਾਂ ਦੀ ਜਗ੍ਹਾ ਵੀ ਉੱਥੇ ਵੀ ਰੱਖੀ ਹੋਣੀ ਹੈ ਸੀਟ ਉਹਨਾਂ ਦੇ ਲਈ ਤੇ ਉੱਥੇ ਨੀ ਬੈਠੇ ਜਾ ਕੇ ਸਟੇਜ ਦੇ ਪਿੱਛੇ ਜਿਹੜੇ ਬੰਦੇ ਕੰਮ ਕਰ ਰਹੇ ਹੁੰਦੇ ਵਰਕਰ ਦੇ ਹਾਂਜੀ ਕੰਮ ਜਿਹਨਾਂ ਨੇ ਸਟੇਜ ਦਾ ਸਾਰਾ ਦੇਖਣਾ ਉਹਨਾਂ ਕੋਲ ਬੈਠੇ ਜਾ ਕੇ ਹਾਂ ਤੇ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਵੀ ਤੁਸੀਂ ਜਾਓ ਅੱਗੇ ਤੁਹਾਡੀ ਉੱਥੇ ਸੀਟ ਰੱਖੀ ਹੈ ਤੁਸੀਂ ਉੱਥੇ ਬੈਠੋ ਜਾ ਕੇ ਹਾਂਜੀ ਕਹਿੰਦੇ ਨਹੀਂ ਯਾਰ ਮੈਂ ਤੁਹਾਡੇ ਨਾਲ ਹੀ ਠੀਕ ਹਾਂ ਉੱਥੇ ਤਾਂ ਕਹਿੰਦੇ ਉਹਨਾਂ ਨੇ ਇੱਕ ਦੂਜੇ ਨੂੰ ਦੀਆਂ ਚੁਗਲੀਆਂ ਕਰਨੀਆਂ ਵੀ ਆਹ ਚੰਗਾ ਹੈ ਮੰਦਾ ਹੈ ਪਤਾ ਹੈ ਹੈਂ ਤੇ ਮੈਂ ਕਹਿੰਦੇ ਇਸ ਤਰ੍ਹਾਂ ਦੀ ਜਗ੍ਹਾ ਤੇ ਮੇਰਾ ਰਿਜੀ ਕਰਦਾ ਬੈਠਾ ਤੁਸੀਂ ਤੁਹਾਡੇ ਕੋਲ ਬੈਠਾ ਹੋਇਆ ਤੇ ਕਹਿੰਦੇ ਉੱਥੋਂ ਹੀ ਸਟੇਜ ਤੇ ਗਏ ਨੇ ਉੱਥੋਂ ਹੀ ਮਤਲਬ ਪਿੱਛੇ ਪਿੱਛੋਂ ਹੀ ਫਿਰ ਵਾਪਸ ਆਏ ਨੇ ਉਦੋਂ ਅੱਗੇ ਜਾ ਕੇ ਬੈਠੇ ਨੀ ਉੱਥੇ ਉਦਾਂ ਇਹ ਵੀ ਜਿਹੜਾ ਚੰਡੀਗੜ੍ਹ ਚ ਕੁਛ ਹੀ ਦੋ ਸੀਗੇ ਇਹਨਾਂ ਦੇ ਜਿਵੇਂ ਭੂਸ਼ਣ ਅੰਕਲ ਸੀ ਉੱਥੇ ਹਾਂਜੀ ਫਿਰ ਦੀਪਕ ਅੰਕਲ ਨੇ ਦੀਪਕ ਮਨਮੋਹਨ ਸਿੰਘ ਹਰਦਿਆਲ ਅੰਕਲ ਨੇ ਹਾਂਜੀ ਹਰਦਿਆਲ ਅੰਕਲ ਵੈਸੇ ਬਹੁਤ ਘੱਟ ਆਉਂਦੇ ਨੇ ਸਾਹਮਣੇ ਉਹ ਪਰ ਉਹਨਾਂ ਦੇ ਬਹੁਤ ਅੱਛੇ ਦੋਸਤ ਆਉਂਦੇ ਨੇ ਹਰਦਿਆਲ ਅੰਕਲ ਹਰਦਿਆਲ ਸਿੰਘ ਨਾਲ ਹਾਂਜੀ ਪਾਪਾ ਉਹਨਾਂ ਨੂੰ ਪਿਆਰ ਨਾਲ ਡਾਕਟਰ ਹਰਦਿਆਲ ਕਹਿੰਦੇ ਹੁੰਦੇ ਸੀ ਇਹ ਸਾਰੇ ਦੋਸਤ ਸੀ ਉਹਨਾਂ ਦੇ ਜਿਹੜੇ ਮਤਲਬ ਮੈਂ ਸੋਚਦਾ ਹਰ ਰੋਜ਼ ਹੀ ਜਿਹੜੇ ਉਹਨਾਂ ਨੂੰ ਮਿਲਦੇ ਹਰ ਰੋਜ਼ ਉਹਨਾਂ ਕੋਲ ਆਉਂਦੇ ਸੀ ਹਰ ਰੋਜ਼ ਉਹਨਾਂ ਨਾਲ ਬੈਠਦੇ ਸੀ ਜਿੱਥੇ ਵੀ ਕਿਤੇ ਜਾਣਾ ਹੁੰਦਾ ਸੀ ਉਹਨਾਂ ਨੇ ਕਿਸੇ ਮੁਸ਼ਾਇਰੇ 'ਤੇ ਜਾਂ ਹੋਰ ਕੋਈ ਜਗ੍ਹਾ 'ਤੇ ਤਾਂ ਉਹ ਨਾਲ ਹੁੰਦੇ ਸੀ ਇਹਦੇ ਮੈਨੂੰ ਹਰਦਿਆਲ ਅੰਕਲ ਨੇ ਗੱਲ ਬੜੀ ਪਿਆਰੀ ਗੱਲ ਸੁਣਾਈ ਸੀ ਹਾਂਜੀ ਉਹ ਕਹਿੰਦੇ ਵੀ ਇੱਕ ਵਾਰ ਸ਼ਿਵ ਨੂੰ ਕਿਤੇ ਜ਼ਰੂਰੀ ਕੰਮ ਸੀ ਤਾਂ ਦਿੱਲੀ ਜਾਣਾ ਸੀ ਮੇਰੇ ਕੋਲ ਆਏ ਵੀ ਆਪਾਂ ਦੋਵੇਂ ਚੱਲਦੇ ਹਾਂ ਤੂੰ ਮੇਰੇ ਨਾਲ ਚੱਲ ਦਿੱਲੀ ਜਾਣਾ ਮੈਂ ਤੇ ਬਾਏ ਏਅਰ ਚੱਲਦੇ ਹਾਂ ਖਾਲੀ ਹੈ ਕਹਿੰਦੇ ਮੈਂ ਪਹਿਲੀ ਵਾਰ ਬਾਏ ਏਅਰ ਜਾਣਾ ਸੀ ਮੈਂ ਬੜਾ ਖੁਸ਼ ਹੋਇਆ ਵੀ ਚੱਲ ਅੱਜ ਬਾਏ ਏਅਰ ਵੀ ਜਾਇਆ ਹੋਵਾਂਗੇ ਭਾਜੀ ਦੇ ਨਾਲ ਦੇਖ ਲੈਂਦੇ ਕਹਿੰਦੇ ਜਿਹੜੇ ਜਹਾਜ਼ ਬੈਠੇ ਮੈਂ ਬੜਾ ਮੈਨੂੰ ਚਾਹ ਦੇਖਾਂ ਮੈਂ ਵੀ ਇੱਧਰ ਉੱਧਰ ਸ਼ਿਵ ਵੀ ਗੱਲਾਂ ਮਾਰ ਰਿਹਾ ਲੋਕਾਂ ਨਾਲ ਮੈਂ ਦੇਖ ਰਿਹਾ ਉਹਦੇ ਫੇ ਚਿਹਰੇ ਵੀ ਬੜਾ ਖੁਸ਼ ਹੈ ਲੋਕਾਂ ਨਾਲ ਗੱਲਾਂ ਹੈ ਨਾ ਕਰਦਾ ਜਾ ਰਿਹਾ ਹਾਂਜੀ ਕਹਿੰਦੇ ਜਦੋਂ ਵਾਪਸ ਆਉਣ ਦਾ ਕੰਮ ਕੁੰਮ ਹੋ ਗਿਆ ਵਾਪਸ ਆਉਣ ਦੀ ਵਾਰੀ ਆਈ ਤਾਂ ਉਹ ਤੀਜੇ ਦਰਜੇ ਦੇ ਡੱਬੇ 'ਚ ਬਹਿ ਕੇ ਆਇਆ ਸੀ ਗੱਡੀ ਦੇ ਰੇਲ ਗੱਡੀ ਦੇ ਕਹਿੰਦੇ ਮੈਨੂੰ ਬੜਾ ਔਖਾ ਜਿਹਾ ਲੱਗਿਆ ਵੀ ਕੀ ਹੈ ਵੀ ਮੈਂ ਤਾਂ ਇੰਨਾ ਵਧੀਆ ਜਹਾਜ਼ 'ਚ ਮਾਹੌਲ ਵਧੀਆ ਬਣਿਆ ਯਾਰ ਜਾਣੇ ਤੇ ਹੁਣ ਕੀ ਹੈ ਕਹਿੰਦੇ ਮੈਂ ਕੁੱਟ ਰਿਹਾ ਸੀ ਪੂਰੀ ਤਰ੍ਹਾਂ ਮੈਂ ਦੇਖ ਰਿਹਾ ਇੱਧਰ ਕਹਿੰਦੇ ਮੈਂ ਸ਼ਿਵ ਵੱਲ ਦੇਖਿਆ ਅਚਾਨਕ ਕਹਿੰਦੇ ਸ਼ਿਵ ਉੱਥੇ ਵੀ ਉੱਦਾਂ ਹੱਸ ਰਿਹਾ ਉਸਰੇ ਲੋਕਾਂ ਨਾਲ ਗੱਲਾਂ ਕਰ ਰਿਹਾ ਇੱਧਰ ਵੀ ਇੱਧਰ ਕਹਿੰਦੇ ਮੈਨੂੰ ਇੰਨਾ ਅਜੀਬ ਲੱਗਿਆ ਨਾ ਵੀ ਕਮਾਲ ਹੈ ਇਹ ਬੰਦਾ ਹਰ ਜਗ੍ਹਾ ਇੱਕੋ ਜਿਹਾ ਹੈ ਜਿੱਥੇ ਵੀ ਜਾਂਦਾ ਹੈ ਜਿੱਥੇ ਵੀ ਹੁੰਦਾ ਹੈ ਇਹਨੂੰ ਇਹਦੇ ਨਾਲ ਕੋਈ ਤਾਲੁਕ ਨਹੀਂ ਹੈ ਵੀ ਇਹਨੂੰ ਕੀ ਮਿਲ ਰਿਹਾ ਕੀ ਨਹੀਂ ਮਿਲ ਰਿਹਾ ਇਹ ਤਾਂ ਲੋਕਾਂ ਦੇ ਵਿੱਚ ਲੋਕਾਂ ਦੇ ਨਾਲ ਜਿਹੜਾ ਇਹਦਾ ਵਤੀਰਾ ਹੈ ਹਰ ਜਗ੍ਹਾ ਇੱਕੋ ਜਿਹਾ ਹੈ ਇੱਥੇ ਉਹਨਾਂ ਦੇ ਇੱਕ ਹੋਰ ਦੋਸਤ ਨੇ ਮਿਸਟਰ ਸ਼ਰਮਾ ਹਾਂਜੀ ਉਹਨਾਂ ਨੇ ਵੀ ਮੈਨੂੰ ਬੜੇ ਗੱਲ ਸੁਣਾਈ ਸੀ ਕਹਿੰਦੇ ਇੱਕ ਵਾਰ ਮੈਂ ਬਟਾਲੇ ਗਿਆ ਉੱਥੇ ਕੋਈ ਮੈਨੂੰ ਮਿਲਿਆ ਜੀ ਹਾਂਜੀ ਬੰਦਾ ਐਸਾ ਬੰਦਾ ਜਿਹਦੇ ਨਾਲ ਮੈਨੂੰ ਲੱਗਿਆ ਵੀ ਮੈਂ ਹੁਣ ਸ਼ਿਵ ਨੂੰ ਨਾ ਜਦੋਂ ਜਾਊਂਗਾ ਉਹਨੂੰ ਚਿੜਾਊਂਗਾ ਹਾਂ ਵੀ ਉਹ ਬੰਦੇ ਨੇ ਮੈਨੂੰ ਕਿਹਾ ਵੀ ਤਾਂ ਮੇਰਾ ਦੋਸਤ ਰਹਿੰਦਾ ਫਲਾਣੀ ਤਾਂ ਉਹ ਮੈਂ ਤੁਹਾਨੂੰ ਦੱਸ ਹੀ ਦਿੰਦਾ ਵੀ ਉਹ ਮੈਨੂੰ ਸ਼ਾਇਦ ਸ਼ਾਮ ਸੀਗਾ ਨਾਮ ਉਹਨਾਂ ਦਾ ਜਾਂ ਕੁਝ ਉਹ ਬੂਟ ਪੋਲਿਸ਼ ਕਰਦਾ ਸੀ ਬੰਦਾ ਅੱਛਾ ਜੀ ਹਾਂਜੀ ਬੈਠ ਕੇ ਨਾ ਸਟੇਸ਼ਨ ਦੇ ਕੋਲ ਉੱਥੇ ਉਹਦੇ ਹੁੰਦੀ ਸੀ ਜਗ੍ਹਾ ਉੱਥੇ ਮੁੰਡਾ ਜਿਹਾ ਹੁੰਦਾ ਸੀ ਉੱਥੇ ਪਾਪਾ ਨੂੰ ਬਿਠਾ ਦਿੰਦਾ ਸੀ ਹਮੇਸ਼ਾ ਹਾਂਜੀ ਹਾਂ ਪੋਲਿਸ਼ ਕਰਾਇਆ ਹੋਣੇ ਤੇ ਉਹਨੇ ਪੁੱਛਿਆ ਸੁਭਾਅ ਕੀ ਤੁਸੀਂ ਕਿੱਥੋਂ ਆਏ ਹੋ ਜੀ ਇਹਨਾਂ ਨੇ ਕਿਹਾ ਮੈਂ ਚੰਡੀਗੜ੍ਹੋਂ ਆਇਆ ਅੱਛਾ ਚੰਡੀਗੜ੍ਹ ਤਾਂ ਮੇਰਾ ਵੀ ਕਹਿੰਦੇ ਦੋਸਤ ਰਹਿੰਦਾ ਸ਼ਾਮ ਜਿਹੜੇ ਪੁੱਛੇ ਉਹ ਕਹਿ ਰਹੇ ਨੇ ਅੱਛਾ
ਪਹਿਲਾਂ ਤਾਂ ਅਸੀਂ ਬੜੀ ਵੱਡੀ ਪਾਰਟੀ ਸੀ ਜਿੱਥੇ ਆਈਐਸ ਆਫਿਸਰ ਤੇ ਉਹ ਬਹੁਤ ਵੱਡੇ ਵੱਡੇ ਲੋਕ ਬੈਠੇ ਤੇ ਇਹ ਖੜਾ ਉਹਨਾਂ ਨਾਲ ਗੱਲਾਂ ਕਰ ਰਿਹਾ ਸੀ ਸ਼ਿਵ। ਹਾਂ ਮੈਨੂੰ ਲੱਗਿਆ ਵੀ ਅੱਜ ਮੌਕਾ ਅੱਜ ਮੈਂ ਇਹਨੂੰ ਕਰਦਾ ਸੈੱਟ। दो चार नाम ले भी मिले हूं आया मिले जेडे दोस्त उठे नहीं नहीं कौन मिलिया थी कहते शाम मिलिया थी कहते जद ही मैं कह शाम मिलिया थी शिव ने मेनू घुट के जफी पा ली शाम पता भी कहते बंदा है सारी दुनिया दिखाई है।
ਕਹਿੰਦੇ ਮੈਂ ਉਹਦੇ ਉੱਥੇ ਜਿਹੜਾ ਮੂਹੜਾ ਪਿਆ ਨਾ ਉੱਥੇ ਕਿਸੇ ਨੂੰ ਬੈਠਣ ਦੀ ਇਜਾਜ਼ਤ ਨਹੀਂ ਹੈ ਉੱਥੇ ਸਿਰਫ ਸ਼ਿਵ ਬੈਠ ਸਕਦਾ ਕਹਿੰਦੇ ਜਾ ਕੇ ਤੇ ਕਹਿੰਦੇ ਉਹ ਸ਼ਿਵ ਉੱਥੇ ਬੈਠ ਕੇ ਸਾਰੀ ਦੁਨੀਆਂ ਨੂੰ ਤੱਕਦਾ ਵੀ ਦੁਨੀਆਂ ਕਿੱਦਾਂ ਦੀ ਆ ਰਹੀ ਹੈ ਜਾ ਰਹੀ ਹੈ ਕੀ ਹੋ ਰਿਹਾ ਕਿੱਦਾਂ ਹੋ ਰਿਹਾ ਕਹਿੰਦੇ ਤੂੰ ਤਾਂ ਦੇਰੀ ਰੂਹ ਖੁਸ਼ ਕਰਤੀ ਮੇਰੀ ਅੱਜ ਤੂੰ ਉਹਨੂੰ ਮਿਲ ਕੇ ਆਇਆ ਘੁੱਟ ਕੇ ਜਾਫੀ ਪਾਲਾ ਇਸ ਤਰ੍ਹਾਂ ਦਾ ਇਨਸਾਨ ਸੀ ਉਹ ਹਰ ਇੱਕ ਬੰਦੇ ਨਾਲ ਹਰ ਇੱਕ ਕੋਈ ਉੱਚਾ ਨੀਵਾਂ ਵੱਡਾ ਛੋਟਾ ਨਹੀਂ ਕੋਈ ਅਮੀਰ ਹੈ ਕੋਈ ਗਰੀਬ ਹੈ ਏਦਾਂ ਦੀ ਕੋਈ ਉਸ ਬੰਦੇ ਚ ਸੀ ਨੀ ਗੱਲ ਸ਼ਿਵ ਕੁਮਾਰ ਹੁਣਾਂ ਨੂੰ ਅਸੀਂ ਯਾਦ ਕਰਦੇ ਹਾਂ ਪੰਜਾਬੀ ਦੇ ਕਵੀ ਦੇ ਤੌਰ ਤੇ ਹਾਂਜੀ ਤੇ ਪੰਜਾਬੀ ਕਵਿਤਾ ਨੂੰ ਜਿਹੜੀ ਉਹਨਾਂ ਦੀ ਦੇਣ ਆ ਉਹ ਰਹਿੰਦੀ ਦੁਨੀਆਂ ਤੱਕ ਰਹਿਣੀ ਆ ਜਦੋਂ ਤੱਕ ਪੰਜਾਬੀ ਰਹੂਗੀ ਹਾਂਜੀ ਪੰਜਾਬੀ ਵੀ ਨੀ ਜਦੋਂ ਤੱਕ ਇਨਸਾਨ ਆ ਮੇਰਾ ਖਿਆਲ ਕਿਉਂਕਿ ਉਹਨਾਂ ਦੀ ਟਰਾਂਸਲੇਸ਼ਨ ਹੋ ਜਾਣੀ ਆ ਹਾਂਜੀ ਤੇ ਪਰ ਗੱਲ ਇਹ ਆ ਕਿ ਅਸੀਂ ਉਹ ਜਿਹੜੀ ਕਵਿਤਾ ਆ ਉਹਦੇ ਵੱਲ ਜਦ ਦੇਖਦੇ ਹਾਂ ਤੇ ਉਹ ਕੌਣ ਪੈਦਾ ਕਰ ਸਕਦਾ ਇਹ ਸਾਡਾ ਸੋਚਣਾ ਤਾਂ ਬਣਦਾ ਨਾ ਕਿ ਉਹ ਇਨਸਾਨ ਕਿਹੋ ਜਿਹਾ ਹੋਊਗਾ ਅਸੀਂ ਇਹ ਤਾਂ ਨਹੀਂ ਕਹਿੰਦੇ ਕਿ ਉਹ ਦੇਵਤਾ ਸੀ ਜਾਂ ਉਹ ਰੱਬ ਸੀ ਜਾਂ ਕੋਈ ਉਹ ਸਪੈਸ਼ਲ ਜੋ ਮਰਜ਼ੀ ਹੋਵੇ ਗੱਲ ਇਹ ਗੱਲ ਨਹੀਂ ਹੈ ਗੱਲ ਇਹ ਹੈ ਕਿ ਜਿਸ ਦਿਮਾਗ 'ਚੋਂ ਚੀਜ਼ ਪੈਦਾ ਹੋਈ ਉਹ ਦਿਮਾਗ ਵਪਾਰੀ ਦਿਮਾਗ ਨਹੀਂ ਹੋ ਸਕਦਾ ਉਹ ਦਿਮਾਗ ਦੁਕਾਨਦਾਰ ਦਿਮਾਗ ਨਹੀਂ ਹੋ ਸਕਦਾ ਉਹ ਦਿਮਾਗ ਆਪਣਾ ਭਲਾ ਸੋਚਣ ਵਾਲਾ ਦਿਮਾਗ ਨਹੀਂ ਹੋ ਸਕਦਾ ਕਿਉਂਕਿ ਉਹਨੂੰ ਹਰ ਇੱਕ ਦੇ ਨਾਲ ਇਸ ਤਰੀਕੇ ਨਾਲ ਵਰਤਣਾ ਪੈਣਾ ਇੱਕ ਐਂਫਥੀ ਦੇ ਨਾਲ ਤੁਰਨਾ ਪੈਣਾ ਦੂਜੇ ਦਾ ਦੁੱਖ ਸਮਝਣਾ ਪੈਣਾ ਤਾਂ ਹੀ ਕਵਿਤਾ ਲਿਖ ਹੁੰਦੀ ਹੈ ਨਹੀਂ ਤਾਂ ਜੇ ਆਪਣਾ ਹੀ ਦੁੱਖ ਲਿਖੀ ਜਾਵੇ ਬੰਦਾ ਤਾਂ ਉਹ ਤਾਂ ਬਹੁਤ ਥੋੜ੍ਹਾ ਰਹਿ ਜਾਣਾ ਹਾਂਜੀ ਜਿਵੇਂ ਹਮੇਸ਼ਾ ਮੈਂ ਕਹਿੰਦਾ ਹੁੰਦਾ ਵੀ ਬੰਦਾ ਜੇ ਕੋਈ ਕੁਛ ਰਚ ਰਿਹਾ ਨਾ ਜਿਹੜਾ ਕ੍ਰੀਏਟਿਵ ਹੈ ਬੰਦਾ ਉਹ ਆਪਣੇ ਕੱਦ ਨਾਲ ਵੱਡਾ ਕਦੇ ਨਹੀਂ ਹੋ ਸਕਦਾ ਜਿੰਨੇ ਜਿੰਨੀ ਉਹਦੀ ਔਕਾਤ ਹੈ ਜਿੰਨੀ ਇੱਕ ਉਹਦੀ ਸਮਝ ਹੈ ਸੂਝ ਹੈ ਉਸ ਤੱਕ ਹੀ ਲਿਖਦਾ ਜੇ ਸ਼ਿਵ ਦੀ ਕਵਿਤਾ ਅੱਜ ਵੀ ਜ਼ਿੰਦਾ ਹੈ ਅੱਜ ਵੀ ਇੰਨੀ ਵੱਡੀ ਹੈ ਤਾਂ ਦੈਟ ਮੀਨਸ ਕਿ ਉਹਦਾ ਕੱਦ ਬਹੁਤ ਵੱਡਾ ਸੀ ਹਾਂ ਜਿਹੜੀ ਤੁਸੀਂ ਗੱਲ ਕੀਤੀ ਹੈ ਇਹ ਤਾਂ ਗੱਲ ਬਹੁਤ ਮਹਾਨ ਆ ਕਿ ਜੇ ਸੱਚੀ ਦੇਖਿਆ ਜਾਵੇ ਜਿਹੜੀਆਂ ਬੰਦੇ ਦੇ ਵਿੱਚ ਭਾਵਨਾਵਾਂ ਆ ਉਹਨਾਂ ਸਾਰੀਆਂ ਨੂੰ ਪੇਪਰ 'ਤੇ ਲਿਖਣਾ ਕਿਤੇ ਸੌਖਾ ਜੀ ਤੁਹਾਡੇ ਅੰਦਰ ਜਿਹੜੀ ਭਾਵਨਾ ਜੇ 100 ਪੈਦਾ ਹੁੰਦੀ ਆ ਤਾਂ ਮਸੀ ਪੇਪਰ 'ਤੇ 20 ਲਿਖ ਹੁੰਦੀ ਆ ਜੀ ਹਾਂਜੀ ਪਰ ਉਹਦੇ 'ਚ ਦੇਖੋ ਉਹਦੀ ਸੱਚਾਈ ਕਿੰਨੀ ਹੈ ਉਹਨੇ ਕਿਤੇ ਲੁਕਾ ਛਿਪਾ ਕੁਛ ਇਹ ਨਹੀਂ ਕੀਤਾ ਵੀ ਕੁਛ ਚੰਗਾ ਲੱਗੇ ਇਸ ਤਰ੍ਹਾਂ ਲਿਖਾਂ ਹਾਂਜੀ ਹਾਂਜੀ ਸੋਹਣਾ ਭੱਦਾ ਸਭ ਕੁਝ ਉਹ ਫੀਲ ਕੀਤਾ ਉਹਨੇ ਸਾਰਾ ਕੁਝ ਲਿਖਿਆ ਹਾਂਜੀ 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 ਹਰ ਤਰ੍ਹਾਂ ਦਾ ਲਿਖਿਆ ਇਹ ਨਹੀਂ ਵੀ ਸਿਰਫ ਬਸ ਸਾਰਾ ਸਭ ਜਗ੍ਹਾ ਜਿਹੜਾ ਉਹ ਖੂਬਸੂਰਤੀ ਖੂਬਸੂਰਤੀ ਹੈ ਜੇ ਕਿਤੇ ਲਿਖ ਦਿੱਤੀਆਂ ਏਦਾਂ ਨਹੀਂ ਹੈ ਜੀ ਸੱਚ ਲਿਖਿਆ ਇਹੀ ਜੋ ਲਿਖਿਆ ਸੱਚ ਲਿਖਿਆ ਮਹਾਨਤਾ ਤਾਂ ਇਹੀ ਹੁੰਦੀ ਆ ਮਹਾਨਤਾ ਤਾਂ ਇਸੇ ਗੱਲ ਦੇ ਵਿੱਚ ਹੈ ਕਿ ਹਰ ਇੱਕ ਤਰ੍ਹਾਂ ਦਾ ਸ਼ਬਦ ਹਰ ਇੱਕ ਤਰ੍ਹਾਂ ਦੀ ਭਾਵਨਾ ਉਹ ਲਿਖੀ ਜਾਵੇ ਪਰ ਗੱਲ ਉਹੀ ਕਿ ਜੇ ਬੰਦਾ ਆਪਣਾ ਜੇ ਅੰਦਰ 100 ਆ ਅਤੇ 20 ਹੀ ਲਿਖ ਰਿਹਾ ਅਤੇ ਜੋ ਅਸੀਂ ਸ਼ਿਵ ਦਾ ਦੇਖ ਰਹੇ ਹਾਂ 20 ਲਿਖਿਆ ਆ ਤਾਂ ਤੁਸੀਂ ਦੇਖੋ ਕਿ ਉਹਨਾਂ ਦੀ ਆਪਣੀ ਅੰਦਰਲੀ ਸਮਝ ਅੰਦਰਲਾ ਕੱਦ ਕਿੱਡਾ ਬੜਾ ਹੋਊਗਾ ਉਸ ਇਨਸਾਨ ਦੀ ਦੁਨੀਆਂ ਦੀ ਸਮਝ ਕਿੰਨੀ ਗਹਿਰੀ ਹੋਊਗੀ ਮੈਂ ਕਈ ਵਾਰ ਪਹਿਲਾਂ ਵੀ ਗੱਲ ਕਰ ਚੁੱਕਿਆ ਉਹਨਾਂ ਜਿਹੜੀ ਆਖਰੀ ਕਵਿਤਾ ਹੈ ਲਫ਼ਜ਼ ਹਾਂਜੀ ਉਹਨਾਂ ਨੇ ਲਾਸਟ ਜਿਹੜੀ ਕਵਿਤਾ ਲਿਖੀ ਸੀ ਨਾ ਉਹਦਾ ਸ਼ੀਰਸ਼ਕ ਸੀ ਲਫ਼ਜ਼ ਸ਼ਬਦ ਜਦੋਂ ਤੁਸੀਂ ਉਹਨੂੰ ਧਿਆਨ ਨਾਲ ਪੜ੍ਹਦੇ ਹੋ ਉਸ ਬੰਦੇ ਦੀ ਸਾਰੀ ਲਾਈਫ ਜਿਹੜੀ ਉਹਨੇ ਉਹਦੇ 'ਚ ਛੋਟੀ ਜਿਹੀ ਕਵਿਤਾ ਹੈ 10-15 ਲਾਈਨਾਂ ਦੀ ਉਹਦੇ ਸਾਰਾ ਕੁਛ ਸਪਸ਼ਟ ਕਰ ਦਿੱਤਾ ਉਹਨਾਂ ਨੇ ਵੀ ਉਹ ਕੀ ਸੋਚਦੇ ਨੇ ਉਹਨਾਂ ਨੂੰ ਲੋਕਾਂ ਬਾਰੇ ਕੀ ਸੋਚਦੇ ਆ ਖੁਦ ਬਾਰੇ ਕੀ ਸੋਚਦੇ ਆ ਬਹੁਤ ਬਹੁਤ ਪਿਆਰੀ ਛੋਟੀ ਜਿਹੀ ਕਵਿਤਾ ਹੈ ਕਦੇ ਮੌਕਾ ਮਿਲਿਆ ਪੜ੍ਹੇ ਜ਼ਰੂਰ ਬਹੁਤ ਅੱਛੀ ਕਵਿਤਾ ਹੈ ਜਿਹੜਾ ਜੀ ਜਦੋਂ ਨਾ ਮੈਂ ਤਾਂ ਉਹ ਜਿਹੜੀ ਪਹਿਲਾਂ ਗੱਲ ਕੀਤੀ ਸੀ ਕਿ ਹਰ ਇੱਕ ਵਿਸ਼ੇ 'ਤੇ ਉਹਨਾਂ ਨੇ ਲਿਖਿਆ ਤੇ ਹਰ ਇੱਕ ਵਿਸ਼ੇ 'ਤੇ ਲਿਖਣ ਦਾ ਮਤਲਬ ਇਹ ਵੀ ਹੁੰਦਾ ਕਿ ਉਹ ਫਿਰ ਸਦੀਵੀ ਰਹਿੰਦਾ ਜੀ ਦੇਖੋ ਅੱਜ ਕੱਲ੍ਹ ਕਹਿਣ ਨੂੰ ਹੀ ਆ ਸਾਰਾ ਕੁਛ ਸੁਣਨ ਨੂੰ ਕੋਈ ਸੁਣਨਾ ਕੋਈ ਚਾਹੁੰਦਾ ਹੀ ਨਹੀਂ ਕਿਸੇ ਨੂੰ ਪਤਾ ਨਹੀਂ ਸਾਰੇ ਬੋਲੀ ਜਾਂਦੇ ਨੇ ਸੁਣਨਾ ਕੋਈ ਵੀ ਨਹੀਂ ਚਾਹੁੰਦਾ ਕਿਸੇ ਨੂੰ ਪਤਾ ਨਹੀਂ ਕੀ ਚੱਕਰ ਹੈ ਪਰ ਇਹ ਗੱਲ ਉਹ ਪਹਿਲਾਂ ਹੀ ਲਿਖ ਗਏ ਆ ਜੀ ਇਹ ਗੱਲ ਉਹ ਪਹਿਲਾਂ ਹੀ ਲਿਖ ਗਏ ਆ ਆਪਣਾ ਲੂਣਾ ਦੇ ਵਿੱਚ ਪੂਰਨ ਦੇ ਮੂੰਹੋਂ ਇਹ ਗੱਲ ਉਹਨਾਂ ਨੇ ਕਹਾਈ ਹੋਈ ਆ ਹਾਂਜੀ ਕਈ ਹਰ ਕੋਈ ਆਪਣੀ ਗੱਲ ਕਹਿਣ ਨੂੰ ਆਪਣਾ ਹੱਥ ਮਰੋੜ ਰਿਹਾ ਹੈ ਹਾਂਜੀ ਤੇ ਹਰ ਕੋਈ ਆਪਣੀ ਕਥਾ ਦਾ ਹੀ ਆਪਣਾ ਗਾਹਕ ਲੱਭ ਰਿਹਾ ਕਿਸੇ ਦੀ ਕਥਾ ਸੁਣਨ ਨੂੰ ਕੋਈ ਰੈਡੀ ਨਹੀਂ ਹਾਂਜੀ
ਤੇ ਉਹ ਸੋ ਗੱਲਾਂ ਉਹ ਪਹਿਲਾਂ ਹੀ ਜਿਹੜੀਆਂ ਗੱਲ ਮਤਲਬ ਕਿ ਉਹੀ ਕਿ ਕਿੰਨੀ ਨੇੜਤਾ ਦੇ ਨਾਲ ਦੇਖਿਆ ਜਾ ਹੋਊਗਾ ਅਤੇ ਜਦੋਂ ਅਸੀਂ ਦੇਖਦੇ ਹਾਂ ਕਿ ਦੁਨੀਆਂ 'ਚ ਆਹ ਹੋ ਰਿਹਾ ਉਹ ਹੋ ਰਿਹਾ ਅਤੇ ਜਦੋਂ ਅਸੀਂ ਸ਼ਿਵ ਕੁਮਾਰ ਵਰਗੇ ਕਵੀ ਨੂੰ ਦੁਬਾਰਾ ਪੜ੍ਹਦੇ ਹਾਂ ਤਾਂ ਸਾਨੂੰ ਇਹ ਸੋਚਣਾ ਚਾਹੀਦਾ ਕਿ ਨਹੀਂ ਨਹੀਂ ਕੁਛ ਇੱਦਾਂ ਨਹੀਂ ਹੋ ਰਿਹਾ, ਇਹ ਸਦੀਆਂ ਤੋਂ ਇੱਦਾਂ ਹੀ ਹੁੰਦਾ ਆ, ਇਨਸਾਨ ਦੀ ਫਿਤਰਤ ਆ, ਸਿਰਫ ਇਨਸਾਨ ਦੇ ਹੱਥ ਵਿੱਚ ਸੰਦ ਬਦਲ ਜਾਂਦੇ ਆ। ਹਾਂਜੀ, ਕਦੇ ਉਹਦੇ ਹੱਥ ਵਿੱਚ ਦਾਤੀ ਹੁੰਦੀ ਆ, ਕਦੇ ਉਹਦੇ ਹੱਥ 'ਚ ਕੈਮਰਾ ਆ ਜਾਂਦਾ, ਕਦੇ ਉਹਦੇ ਹੱਥ 'ਚ ਹੁਣ ਫੋਨ ਆ ਗਏ ਆ, ਕੱਲ੍ਹ ਨੂੰ ਸ਼ਾਇਦ ਉਹਦੇ ਦਿਮਾਗ 'ਚ ਚਿੱਪ ਪੈ ਜਾਵੇ, ਪਰ ਇਨਸਾਨ ਨੇ ਇਨਸਾਨ ਹੀ ਰਹਿਣਾ। ਤੁਹਾਨੂੰ ਇੱਕ ਹੋਰ ਗੱਲ ਸੁਣਾਉਣਾ, ਬਹੁਤ ਵਧੀਆ। ਉਦੋਂ ਅਜੇ ਸ਼ਿਵ ਕਵੀ ਸ਼ਿਵ ਨਹੀਂ ਸੀ ਬਣਿਆ। ਹਾਂਜੀ, ਵਾਹ, ਇਹ ਗੱਲ ਹੈਗੀ ਹੈ ਬੈਜਨਾਥ ਦੀ। ਬੈਜਨਾਥ ਜਦੋਂ ਪੜ੍ਹਦੇ ਸੀ ਉਸਦੀ ਗੱਲ। ਹਾਂਜੀ, ਸੋ ਇਹ ਸ਼ਰਾਰਤੀ ਬਹੁਤ ਸੀ ਸ਼ੁਰੂ ਤੋਂ, ਕਿਉਂਕਿ ਜਿਹੜਾ ਬੰਦਾ ਮਜ਼ਾਕ ਕਰਦਾ, ਚੁਟਕਲੇ ਸੁਣਾਉਂਦਾ, ਆਪੇ ਚੁਟਕਲੇ ਬਣਾਉਂਦੇ ਨੇ, ਕਰਦੇ ਨੇ, ਹੈ ਨਾ, ਤਾਂ ਉਹ ਹਾਂਜੀ ਸ਼ਰਾਰਤੀ ਬਹੁਤ ਜ਼ਿਆਦਾ ਸੀ। ਅਤੇ ਇਹ ਤਾਂ ਇਹਨਾਂ ਦੇ ਕਦਮ ਕੁਛ ਸਮਾਨ ਲੈ ਕੇ ਅਤੇ ਬੈਜਨਾਥ ਛੱਡਣ ਜਾ ਰਹੇ ਸੀ, ਮੈਨੂੰ ਪੜ੍ਹਦੇ ਸੀ ਉੱਥੇ ਨਾਮ। ਹਾਂਜੀ ਹਾਂ, ਇਹਨਾਂ ਨੂੰ ਚਾਹੀਦਾ ਹੋਣਾ। ਜਦੋਂ ਪਾਲਮਪੁਰ ਤੋਂ ਥੋੜ੍ਹੀ ਪਹਿਲਾਂ ਪਹੁੰਚੇ ਤਾਂ ਇਹਨਾਂ ਦੇ ਬ੍ਰਦਰ ਨੂੰ, ਕਜ਼ਨ ਨੂੰ ਲੱਗਿਆ ਇਹਨਾਂ ਨੂੰ ਕਿ ਮੈਨੂੰ ਭੁੱਖ ਲੱਗੀ ਹੈ ਭਾਜੀ, ਕਹਿੰਦੇ ਮੈਂ ਕੁਛ ਖਾਣਾ, ਮੈਨੂੰ ਭੁੱਖ ਲੱਗ ਰਹੀ ਹੈ। ਕਹਿੰਦੇ ਕੋਈ ਨਹੀਂ, ਸਟੇਸ਼ਨ ਆ ਰਿਹਾ, ਆਪਾਂ ਖਾਂਦੇ ਹਾਂ ਕੋਈ ਨਾ ਕੋਈ। ਉਨੀ ਦੇਰ 'ਚ ਕਹਿੰਦੇ ਟੀ ਟੀ ਆ ਗਿਆ। ਹਾਂ, ਉਹ ਟਿਕਟ ਟਿਕਟ ਟਿਕਟ, ਸਾਰਾ ਇਹਨਾਂ ਨੂੰ ਪੁੱਛਿਆ ਟਿਕਟ, ਕਹਿੰਦੇ ਅਸੀਂ ਤਾਂ ਟਿਕਟ ਲੈਂਦੇ ਨਹੀਂ। ਟਿਕਟ ਨਹੀਂ ਲੈਂਦੇ ਕਿਉਂ, ਇਹ ਕੀ ਮਤਲਬ ਟਿਕਟ ਨਹੀਂ ਲੈਂਦੇ? ਟਿਕਟ ਤੋਂ ਬਗੈਰ ਕਿਸ ਤਰ੍ਹਾਂ ਸਫ਼ਰ ਕਰ ਸਕਦੇ? ਨਹੀਂ, ਉਹ ਫਲਾਣਾ ਟੀ ਟੀ ਜਿਹੜਾ ਨਾ, ਉਹ ਮੇਰਾ ਦੋਸਤ ਹੈ, ਉਹਨੇ ਕਿਹਾ ਵੀ ਤੁਸੀਂ ਟਿਕਟ ਨਹੀਂ ਲੈਣੀ। ਉਹ ਹੁਣ ਉਹ ਵੀ ਟੀ ਟੀ ਸੀ, ਉਹਨੂੰ ਉਸ ਬੰਦੇ ਦਾ ਨਾਂ ਪਤਾ ਸੀ ਟੀ ਟੀ ਦਾ, ਉਹ ਕਹਿੰਦਾ ਉਹ ਤਾਂ ਇੱਥੇ ਪਾਲਮਪੁਰ ਰਹਿੰਦਾ, ਸਟੇਸ਼ਨ 'ਤੇ ਉਹਦਾ ਕੁਆਟਰ ਹੈ। ਹਾਂ, ਕਹਿੰਦੇ ਹਾਂ ਬਿਲਕੁਲ ਉੱਥੇ ਰਹਿੰਦਾ, ਆਪਾਂ ਪੁੱਛ ਲੈਂਦੇ ਹਾਂ ਉਹਨੂੰ। ਅਤੇ ਜੇ ਬਹਿਸ ਵਸਾਈ ਹੋਈ ਤਾਂ ਗੱਡੀ ਪਾਲਮਪੁਰ ਪਹੁੰਚੀ, ਉੱਥੇ ਰੁਕੀ। ਹਾਂਜੀ, ਬਿਲਕੁਲ ਹੀ ਪਿਛਲੇ ਪਾਸੇ ਸਟੇਸ਼ਨ ਦੇ ਨਾਲ ਹੀ ਕੁਆਟਰ ਹੁੰਦੇ ਜਿਹੜੇ, ਉਹਦੇ 'ਚ ਉਹਦਾ ਸੀਗਾ ਘਰ ਬੰਦੇ ਦਾ, ਤਾਂ ਉਹ ਜਾ ਕੇ ਦਰਵਾਜ਼ਾ ਖੜਕਾਤਾ, ਪਿੱਛੇ ਲੋਕ ਵੀ ਖੜੇ, ਗੱਡੀ ਦੇ 'ਚ ਵੇਖ ਹੀ ਹੋ ਰਿਹਾ। ਦਰਵਾਜ਼ਾ ਖੜਕਾਇਆ ਤਾਂ ਦਰਵਾਜ਼ਾ ਖੋਲਿਆ ਤੇ ਉਹ ਦੋਸਤੀ ਸੀ ਉਹਨਾਂ ਦਾ, ਅੱਗੇ ਉਹਨੇ ਕਿਹਾ ਆ ਵੀ ਸ਼ਿਵ, ਆ ਜਾ ਆ ਜਾ, ਤੇ ਨਾਲ ਉਹ ਵੀ ਗਿਰਧਾਰੀ ਲਾ ਸੀ ਉਸ ਬੰਦੇ ਦਾ ਨਾਂ, ਜਿਹੜੇ ਨਾਲ ਦੂਜਾ ਟੀ ਟੀ ਸੀ, ਗਿਰਧਾਰੀ ਲਾ ਜੀ ਆਓ ਤੁਸੀਂ, ਆ ਜਾਓ ਆ ਜਾਓ ਅੰਦਰ। ਕਹਿੰਦੇ ਬੈਠ ਗਏ ਉੱਥੇ ਜਾ ਕੇ, ਤੇ ਉਹ ਕਹੇ ਵੀ ਚਲੋ ਠੀਕ ਹੈ ਮੈਂ ਚੱਲਦਾ, ਵੀ ਲੇਟ ਹੋ ਰਿਹਾ, ਗੱਡੀ ਗੱਡੀ ਰੁਕੀ ਹੋਈ ਹੈ, ਮੈਂ ਜਾਂਦਾ, ਤੁਸੀਂ ਤੁਸੀਂ ਬਹਿਣਾ ਬੈਠ ਜਾਓ। ਨਹੀਂ ਨਹੀਂ ਯਾਰ, ਉਹਨੂੰ ਕਹਿੰਦੇ ਵੀ ਯਾਰ ਭੁੱਖ ਲੱਗੀ ਹੈ ਸਾਨੂੰ, ਭਾਬੀ ਨੂੰ ਕਹਿੰਦੇ ਪਰੌਂਠੀਆਂ ਪਰਾਂਠੀਆਂ ਬਣਾਏ ਕੁਛ ਖਾਣਾ ਸੀ। ਹਾਂਜੀ ਹਾਂਜੀ, ਬੈਠੋ ਜੀ ਬੈਠੋ ਜੀ, ਖਾਓ ਅੱਜ। ਹੁਣ ਇਹ ਬੈਠ ਕੇ ਖਾਣਾ ਖਾ ਲਈ ਦੋਨੋਂ ਦੋਵੇਂ ਜਣੇ ਕਦਮ 'ਤੇ ਆ, ਹੁਣ ਗੁਰਧਾਰੀ ਲਾਲ ਜੀ ਨੇ ਲੱਗੇ ਗੱਡੀ ਖੜੀ, ਉਹ ਖੜੇ ਹੋ ਜਾਣ ਥੋੜ੍ਹੀ ਦੇਰ, ਫੜ ਕੇ ਬਿਠਾ ਲੈਣ, ਬਹਿ ਜਾ। ਨਹੀਂ ਨਹੀਂ ਬਹਿ ਜਾ, ਗੁਰਧਾਰੀ ਲਾਲ ਜੀ ਤੁਸੀਂ ਖਾ ਕੇ ਜਾਓ, ਪਰੌਂਠੀ ਖਾਓ, ਪਰੌਂਠੀ ਖਾਓ। ਕਹਿੰਦੇ ਜੀ ਇੱਦਾਂ ਕਰਦੇ ਕਰਾਉਂਦੇ ਡੇਢ ਘੰਟਾ ਲੱਗ ਗਿਆ, ਪਰੌਂਠੀਆਂ ਪਰੌਂਠੀਆਂ ਖਾਈਆਂ, ਗੱਡੀ ਖੜੀ ਹੈ ਡੇਢ ਘੰਟੇ ਦੇ ਪਿੱਛੇ। ਅਤੇ ਹੁਣ ਜਦੋਂ ਖਾ ਖੂ ਲਿਆ ਤਾਂ ਉੱਠਣ ਲੱਗੇ, ਜੇਬ 'ਚੋਂ ਟਿਕਟਾਂ ਕੱਢ ਕੇ ਗੁਰਧਾਰੀ ਲਾਲ ਜੀ ਨੂੰ ਫੜਾ ਦਿਆ, ਆਲੋ ਜੀ ਕਹਿੰਦੇ ਟਿਕਟ ਤਾਂ ਸੀ ਮੇਰੇ ਕੋਲ, ਸਾਡੇ ਕੋਲ ਟਿਕਟ ਤਾਂ ਸੀ, ਸਾਨੂੰ ਭੁੱਖ ਲੱਗੀ ਸੀ, ਅਸੀਂ ਘਰੇ ਖਾਣਾ ਖਾਣਾ ਚਾਹੁੰਦੇ ਸੀ। ਉਹ ਕਹਿੰਦੇ ਇਹ ਜੇ ਤੁਸੀਂ ਖਾ ਲੈਣਾ ਸੀ ਖਾਣਾ, ਕਹਿੰਦੇ ਫਿਰ ਗੱਡੀ ਤਾਂ ਕੱਲ੍ਹ ਵਾਲੀ ਸੀ ਸ਼ਾਮ ਨੂੰ, ਫਿਰ ਦੁਬਾਰਾ ਗੱਡੀ ਤਾਂ ਲੰਘ ਜਾਣੀ ਸੀ ਸਾਡੀ। ਉਹ ਗੱਡੀ ਗੱਡੀ ਉੱਥੇ ਰੁਕੀ ਰੱਖੀ ਡੇਢ ਘੰਟਾ, ਆਰਾਮ ਨਾਲ ਖਾਣਾ ਪੀਣਾ ਖਾ ਕੇ ਡੇਢ ਘੰਟੇ ਬਾਅਦ ਗੱਡੀ ਲੈ ਕੇ ਫਿਰ, ਕਿਉਂਕਿ ਦਿਨ 'ਚ ਇੱਕ ਵਾਰੀ ਆਉਂਦੀ ਸੀ ਗੱਡੀ ਬਸ। ਹਾਂਜੀ, ਇੱਕ ਵਾਰੀ ਇੱਧਰ ਵੀ ਜਾਂਦੀ ਸੀ ਮਤਲਬ ਪਠਾਨਕੋਟ ਵੱਲ ਨੂੰ, ਇੱਕ ਵਾਰੀ ਬੈਜਨਾਥ ਵੱਲ ਨੂੰ, ਅੱਗੇ ਬੈਜਨਾਥ ਵੀ ਅੱਗੇ ਸਟੇਸ਼ਨ ਉੱਥੇ ਤੱਕ ਜਾਂਦੀ ਸੀ। ਹਾਂਜੀ ਹਾਂਜੀ, ਤੇ ਐਡੇ ਸ਼ਰਾਰਤੀ ਸੀਗੇ, ਡੇਢ ਘੰਟਾ ਗੱਡੀ ਖੜੀ ਕੀਤੀ ਕਿ ਖਾਣਾ ਖਾਣਾ ਸੀਗਾ ਘਰ। ਮਿਹਰਬਾਨ ਜੀ, ਤੁਹਾਡੇ ਕੋਲ ਬਹੁਤ ਸਾਰੀਆਂ ਕਹਾਣੀਆਂ ਆਪਣੇ ਪਿਤਾ ਜੀ ਦੀਆਂ, ਅਤੇ ਤੁਹਾਡੀ ਜਿਹੜਾ ਪੋਇਟਰੀ ਵੀ ਤੁਹਾਨੂੰ ਬਹੁਤ ਯਾਦ ਆ, ਅਤੇ ਤੁਸੀਂ ਆਪ ਖੁਦ ਵੀ ਬਹੁਤ ਹੀ ਵਧੀਆ ਇਨਸਾਨ ਹੋ, ਅਤੇ ਜਿੱਥੇ ਵੀ ਤੁਸੀਂ ਜਾਂਦੇ ਹੋ ਸਾਰੇ ਤੁਹਾਡੇ ਦੋਸਤ, ਤੁਹਾਡੇ ਮਿੱਤਰ, ਤੁਹਾਡਾ ਪਰਿਵਾਰ ਇਹੀ ਗੱਲ ਕਹਿੰਦਾ ਕਿ ਤੁਸੀਂ ਜਿਹੜੀ ਉਹਨਾਂ ਦੀ ਹੈਗੀ ਆ ਲੈਗਸੀ ਆ, ਜਿਹੜਾ ਉਹਨਾਂ ਦਾ ਨਾਮ ਆ, ਉਹਨੂੰ ਬੜੇ ਵਧੀਆ ਤਰੀਕੇ ਨਾਲ ਸਾਂਭਿਆ ਹੋਇਆ, ਅਤੇ ਸਮਾਂ ਕੱਢਣ ਲਈ ਬਹੁਤ ਬਹੁਤ ਧੰਨਵਾਦ ਜੀ। ਅਤੇ ਇੱਕ ਫਿਰ ਵੀ ਆਪਾਂ ਗੱਲਬਾਤ ਕਰਾਂਗੇ, ਤੁਸੀਂ ਸਾਨੂੰ ਉਹਨਾਂ ਦੀਆਂ ਇੱਦਾਂ ਗੱਲਾਂ ਬਾਤਾਂ ਸੁਣਾਉਂਦੇ ਰਿਹਾ ਕਰੋ, ਕਿਉਂਕਿ ਇਹ ਦੁਰਲੱਭ ਚੀਜ਼ਾਂ ਹੁੰਦੀਆਂ ਜੀ, ਜਿਹੜੀ ਗੱਲ ਪਰਿਵਾਰ ਦੇ ਮੈਂਬਰ ਨੇ ਦੱਸ ਦੇਣੀ ਆ, ਉਹਦੇ ਨਾਲ ਦੀ ਗੱਲ ਨਹੀਂ ਹੁੰਦੀ। ਆਪਾਂ ਗੱਲ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ, ਜਿਹੜਾ ਸ਼ੇਰ ਨੇ ਜਿੱਥੇ ਰਹਿੰਦੇ ਸੀ ਨਾ, ਮੈਂ ਖੁਦ ਜਾ ਕੇ ਉੱਥੇ ਸਾਰੀ ਥਾਂ ਦੇਖ ਕੇ ਆਇਆ। ਹਾਂਜੀ,
ਪੜ੍ਹਦੇ ਸੀ ਕਿਉਂਕਿ ਬੈਜਨਾਥ ਨਾਲ ਬੜਾ ਕੁਝ ਜੁੜਿਆ ਉਹਨਾਂ ਦੀ ਕਹਾਣੀ ਦਾ ਨਾ ਲਾਈਫ ਦੀ ਇੱਥੋਂ ਏਦਾਂ ਹੋਇਆ ਉਹ ਹੈਗੇ ਕੁਛ ਸੋ ਮੈਂ ਉੱਥੇ ਗਿਆ ਸੀ ਬੈਜਨਾਥ ਹੁਣ ਤਾਂ ਵੈਸੇ ਬਦਲ ਗਿਆ ਬਹੁਤ ਕੁਛ ਉੱਥੇ ਜਿਹੜਾ ਹੋਸਟਲ ਸੀਗਾ ਉਹਨਾਂ ਦਾ ਜਿੱਥੇ ਉਹ ਰਹਿੰਦੇ ਸੀਗੇ ਉਹ ਵੀ ਹੁਣ ਮੈਨੂੰ ਹੈ ਤਾਂ ਅਜੇ ਸ਼ਾਇਦ ਪੀ ਆਰ ਟੀ ਸੀ ਵਾਲਿਆਂ ਨੂੰ ਦਿੱਤਾ ਹੋਇਆ ਥਾਂ ਉਹ ਵਿੱਚ ਉਹਨਾਂ ਦੇ ਕੁਆਟਰ ਨੇ ਤੇ ਵਿੱਚ ਡੀਪੂ ਟਾਈਪ ਜਿਹਾ ਬਣਾਇਆ ਹੋਇਆ ਮਾਸਾ ਦਾ ਹਾਂਜੀ ਤੇ ਉਹ ਕਮਰੇ ਜਿਹੇ ਮੈਂ ਦੇਖ ਕੇ ਆਇਆ ਸੀ ਜਿੱਥੇ ਰਹਿੰਦੇ ਸੀਗੇ ਉਹ ਤੇ ਮੈਨੂੰ ਉੱਥੇ ਬਹੁਤ ਪੁਰਾਣੇ ਉੱਥੇ ਰਹਿਣ ਵਾਲੇ ਬੰਦੇ ਉਹਨਾਂ ਨੇ ਦੱਸਿਆ ਸੀ ਮੈਂ ਨਾਮ ਭੁੱਲ ਰਿਹਾ ਉਹਨਾਂ ਦਾ ਕੀ ਨਾਮ ਦੱਸਿਆ ਸੀ ਮੈਨੂੰ ਆਪਣਾ ਉਹ ਮੈਂ ਸ਼ਾਇਦ ਨੋਟ ਕੀਤਾ ਹੋਇਆ ਕਿਤੇ ਉਹ ਕਹਿੰਦੇ ਵੀ ਇੱਥੇ ਜਦੋਂ ਸ਼ਿਵ ਇੱਥੇ ਪੜ੍ਹਦਾ ਸੀ ਨਾ ਹਾਂਜੀ ਤਾਂ ਇੱਕ ਜਗ੍ਹਾ ਕਮਰਾ ਜਿਹਾ ਸੀਗਾ ਉਹ ਪਹਿਲਾਂ ਕਹਿੰਦੇ ਇੱਥੇ ਛਾਉਣੀ ਹੁੰਦੀ ਸੀਗੀ ਪੁਲਿਸ ਵਾਲਿਆਂ ਦੀ ਥਾਂ ਸੀਗੀ ਪੁਲਿਸ ਦੀ ਛਾਉਣੀ ਸੀਗੀ ਇੱਥੇ ਤੇ ਪਿਛਲੇ ਪਾਸੇ ਉਹਦੇ ਖੂਹ ਹੈ ਖੂਹ ਤੋਂ ਪਾਣੀ ਜਿਹੜਾ ਲੈ ਕੇ ਤੇ ਉਹ ਸਾਰੇ ਯੂਜ ਕਰਦੇ ਸੀ ਤੇ ਸ਼ਿਵ ਜਿਹੜਾ ਨਾ ਉਹ ਮੈਨੂੰ ਉਹਨਾਂ ਨੇ ਦਿਖਾਇਆ ਵੀ ਉਹ ਉੱਪਰ ਕਮਰੇ ਨੇ ਉੱਥੇ ਕਮਰਾ ਹੁੰਦਾ ਸੀ ਉਹਦੇ ਕੋਲ ਜਿਹਦੇ ਮਤਲਬ ਜਿਹਦੇ ਜਾਣ ਦੇ ਲਈ ਅੱਗਲੇ ਪਾਸੇ ਪੁਲ ਜਿਹਾ ਬਣਿਆ ਸੀ ਨੀਚੋ ਕੂਲ ਵਗਦੀ ਸੀ ਉੱਥੇ ਅੱਛਾ ਕੂਲ ਦੇ ਤੋਂ ਉੱਤੋਂ ਹੀ ਜਾ ਕੇ ਅੱਗੇ ਉਹਦਾ ਕਮਰਾ ਸੀ ਤੇ ਪਿਛਲੇ ਪਾਸੇ ਖੁੱਲੀ ਥਾਂ ਸੀ ਤੇ ਪਹਾੜ ਦੇ ਉੱਤੇ ਹੋਣ ਕਰਕੇ ਉਹ ਥਾਂ ਮਤਲਬ ਨੀਚੇ ਅੱਗੇ ਸਾਰੀ ਵੈਲੀ ਸੀਗੀ ਜਿਹਦੇ ਵਿੱਚੋਂ ਰਾਵੀ ਦਰਿਆ ਵਗਦਾ ਸੀ ਤੇ ਸੂਰਜ ਮੈਨੂੰ ਸ਼ਾਇਦ ਉਸੇ ਸਾਈਡ ਨੂੰ ਡੁੱਬਦਾ ਹੈ ਸ਼ਾਇਦ ਜਿੱਥੇ ਸ਼ਿਵ ਕਹਿੰਦੇ ਕਈ ਕਈ ਘੰਟੇ ਨਾ ਉੱਥੇ ਬੈਠਾ ਰਹਿੰਦਾ ਹੁੰਦਾ ਦੇਖਦਾ ਰਹਿੰਦਾ ਸੀ ਉੱਧਰ ਨੂੰ ਇੱਕ ਪਾਸੇ ਉਹ ਮੈਦਾਨ ਸੀਗਾ ਜਿਹੜਾ ਜਿਹੜੇ ਉੱਥੇ ਮੰਦਿਰ ਨੇ ਉਹਨਾਂ ਦਾ ਮੈਦਾਨ ਸੀਗਾ ਸਾਈਡ ਤੇ ਦੂਜੇ ਪਾਸੇ ਨੀਚੇ ਵਾਲੇ ਪਾਸੇ ਉਹ ਬਹੁਤ ਵੱਡਾ ਦਰਿਆ ਤੇ ਕਹਿੰਦੇ ਉੱਥੇ ਬਹਿ ਕੇ ਹੀਰ ਗਾਉਂਦਾ ਰਹਿੰਦਾ ਸੀ ਸਾਰਾ ਤੇ ਉਹ ਕਹਿੰਦੇ ਜਿਹੜੇ ਪੁਲਿਸ ਵਾਲੇ ਸੀਗੇ ਉਹਦੇ ਕੱਪੜੇ ਵੀ ਪ੍ਰੈਸ ਕਰ ਦਿੰਦੇ ਸੀ ਉਹਦੇ ਲਈ ਪਾਣੀ ਵੀ ਭਰ ਜਾਂਦੇ ਸੀ ਸਾਰਾ ਮਤਲਬ ਉਸ ਟਾਈਮ ਦੇਖੋ ਜੇ ਕੋਈ ਕਵੀ ਨੀ ਹੈ ਕੁਛ ਨੀ ਹੈ ਫਿਰ ਉਸ ਬੰਦੇ ਚ ਇੱਕ ਜਾਦੂ ਸੀਗਾ ਜਿਹੜਾ ਨਹੀਂ ਉਹ ਗੱਲ ਇਹ ਹੁੰਦੀ ਕਿ ਕਵੀ ਤਾਂ ਸੀਗੇ ਨਹੀਂ 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 ਕਵੀ ਸੀਗੇ ਨਹੀਂ ਅਜੇ ਲਿਖਣਾ ਨਹੀਂ ਸ਼ੁਰੂ ਕੀਤਾ ਸੀ ਨਹੀਂ ਜਾਣੀ ਕਿ ਉਹ ਮਤਲਬ ਕੀ ਹੁੰਦਾ ਕਿ ਉਹ ਮਸ਼ਹੂਰ ਕਵੀ ਦਾ ਮਤਲਬ ਉਹੀ ਹੋ ਜਾਂਦਾ ਕਿ ਕਈ ਬੰਦਿਆਂ ਨੂੰ ਨਾ ਚਾਂਸ ਹੀ ਨਹੀਂ ਜ਼ਿੰਦਗੀ 'ਚ ਮਿਲਦਾ ਜੀ ਕਵਿਤਾ ਲਿਖਣ ਦਾ ਜੀ ਤੇ ਪਰ ਜਿੱਦਾਂ ਆਪਣਾ ਫਿਰ ਸੁਰਜੀਤ ਪਾਤਰ ਹੋਣਾ ਦਾ ਇੱਕ ਸ਼ੇਅਰ ਆ ਜੀ ਕਿ ਕਮਾਂ ਦੇ ਨੈਣਾਂ ਵਿੱਚ ਖਾਬ ਹੈ ਉਹਦੀ ਗੋਦ ਖਿੜਿਆ ਗੁਲਾਬ ਹੈ ਇਹ ਹੈ ਬੰਦਗੀ ਇਹ ਹੈ ਸ਼ਾਇਰੀ ਇਹ ਤਾਂ ਉਸ ਤੋਂ ਵੀ ਵਧੀਕ ਹੈ ਹਾਂਜੀ ਕੀ ਗੱਲ ਕੀ ਹੈ ਕਿ ਜਿਹੜਾ ਉਹ ਇੱਕ ਖਾਬ ਹੁੰਦਾ ਉਹ ਕਵਿਤਾ ਹੀ ਆ ਉਹ ਹਾਲੇ ਭਾਵੇਂ ਪੇਪਰ ਬਣ ਕੇ ਪੈਨ ਨੂੰ ਲੱਗ ਕੇ ਸਫ਼ੇ 'ਤੇ ਨਹੀਂ ਆਈ ਹਾਂਜੀ ਅਤੇ ਪਰ ਉਹ ਜਿਹੜਾ ਬੰਦਾ ਆ ਜਿਹਦੇ ਅੰਦਰ ਉਹ ਕਵਿਤਾਵਾਂ ਬੋਲਦੀਆਂ ਉਹ ਜਦੋਂ ਬੋਲਦਾ ਤਾਂ ਉਹਦੀ ਗੱਲ 'ਚ ਅਸਰ ਹੁੰਦਾ ਹਾਂਜੀ ਅਤੇ ਉਹ ਜਦੋਂ ਦੇਖਦਾ ਉਹਦੀ ਨਿਗਾਹ 'ਚ ਅਸਰ ਹੁੰਦਾ ਅਤੇ ਉਹ ਅਸਰ ਜਿਹੜਾ ਆ ਉਹ ਬਚਪਨ ਤੋਂ ਹੀ ਹੋਣਹਾਰ ਬਿਰਬਨ ਕੇ ਚਿਕਨੇ ਚਿਕਨੇ ਪਾਤ ਕਹਿੰਦੇ ਹੁੰਦੇ ਆ ਹਾਂਜੀ ਅਤੇ ਉਹ ਉਹੀ ਹੁੰਦਾ ਕਿ ਉਹ ਛੋਟੀ ਉਮਰ 'ਚੋਂ ਹੀ ਦਿਸਣ ਲੱਗ ਪੈਂਦਾ ਅਤੇ ਜਿਹੜੀਆਂ ਤੁਸੀਂ ਗੱਲਾਂ ਦੱਸੀਆਂ ਇਹਨਾਂ 'ਚੋਂ ਸਪਸ਼ਟ ਜਾ ਰਿਹਾ ਕਿ ਜਿੱਥੇ ਵੀ ਉਹ ਜਾਂਦੇ ਸੀਗੇ ਉਹਦਾ ਪਤਾ ਲੱਗਦਾ ਸੀ ਕਿ ਇਹ ਕੋਈ ਬੰਦਾ ਇਹ ਕੋਈ ਖਾਸ ਆ ਅਤੇ ਬਹੁਤ ਬਹੁਤ ਮਹਾਰਾਜ ਧੰਨਵਾਦ ਜੀ ਇੱਕ ਵਾਰ ਫਿਰ ਸਮਾਂ ਕੱਢਣ ਲਈ ਉਹਨਾਂ ਦੀਆਂ ਗੱਲਾਂ ਕਰਨ ਲਈ ਤਾਂ ਸਮਾਂ ਬਹੁਤ ਸਾਨੂੰ ਚਾਹੀਦਾ ਅਤੇ ਇਸ ਕਰਕੇ ਆਪਾਂ ਫਿਰ ਕਰਾਂਗੇ ਅਤੇ ਫਿਰ ਅੱਗੇ ਤੋਂ ਅੱਗੇ ਇਸ ਗੱਲ ਨੂੰ ਹੋਰ ਵਧਾਵਾਂਗੇ ਅਤੇ ਤੁਸੀਂ ਹੋਰ ਵੀ ਯਾਦ ਕਰ ਰੱਖਿਓ ਕੁਝ ਗੱਲਾਂ ਹਾਂਜੀ ਅਤੇ ਮੈਂ ਪਹਿਲਾਂ ਹੀ ਤੁਹਾਡੇ ਕੋਲ ਬੇਸ਼ੁਮਾਰ ਗੱਲਾਂ ਆ ਅਤੇ ਅਸੀਂ ਤੁਹਾਡੇ ਮਾਤਾ ਜੀ ਬਾਰੇ ਵੀ ਗੱਲਬਾਤ ਨਹੀਂ ਕੀਤੀ ਉਹ ਵੀ ਕਰਾਂਗੇ ਜੀ ਹਾਂਜੀ ਅਤੇ ਬਹੁਤ ਸਾਰੀ ਦੁਨੀਆਂ 'ਚ ਵੱਸਦੇ ਪੰਜਾਬੀਆਂ ਨੂੰ ਤੁਹਾਡੇ ਪਰਿਵਾਰ ਉੱਤੇ ਸਾਰੇ ਪਰਿਵਾਰ ਉੱਤੇ ਮਾਣ ਆ ਕਿਉਂਕਿ ਸਾਰਾ ਯੂਨਿਟ ਰਲ ਮਿਲ ਕੇ ਹੀ ਗੱਲ ਬਣਦੀ ਆ ਕਿਸੇ ਦੀ ਵੀ ਦੇਣ ਘੱਟ ਨਹੀਂ ਹੁੰਦੀ ਇੱਕ ਕੋਈ ਇਨਸਾਨ ਕੋਈ ਵੀ ਕਿਤੇ ਉਹ ਟਾਪੂ ਨਹੀਂ ਹੁੰਦਾ ਉਹਦੇ ਆਲੇ ਦੁਆਲੇ ਜੋ ਵੀ ਉਹਦੇ ਹੈਗੇ ਆ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਭਾਵੇਂ ਤੁਹਾਡੇ ਨਾਨਾ ਜੀ ਭਾਵੇਂ ਤੁਹਾਡੇ ਦਾਦਾ ਜੀ ਭਾਵੇਂ ਉਹਨਾਂ ਦੇ ਆਪਣੇ ਜਾਣੀ ਕਿ ਮਾਮਾ ਜੀ ਤੁਹਾਡੇ ਚਾਹੇ ਤੁਹਾਡੀ ਮੋਮ ਹਾਂਜੀ ਚਾਹੇ ਤੁਸੀਂ ਉਹਨਾਂ ਦੇ ਬੱਚੇ ਜਿਹੜੀ ਤੁਸੀਂ ਉਹਨਾਂ ਨੂੰ ਖੁਸ਼ੀ ਦਿੱਤੀ ਹੈ ਇਹ ਸਾਰੀਆਂ ਚੀਜ਼ਾਂ ਰਲ ਮਿਲ ਕੇ ਫਿਰ ਸ਼ਿਵ ਬਣਦਾ ਜੀ ਬਹੁਤ ਬਹੁਤ ਧੰਨਵਾਦ ਜੀ ਇੱਕ ਵਾਰ ਫਿਰ ਸਮਾਂ ਕੱਢਣ ਲਈ ਥੈਂਕ ਯੂ ਭਾਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਥੈਂਕ ਯੂ ਸਤਿ ਸ਼੍ਰੀ ਅਕਾਲ ਪੰਜਾਬੀ ਪੋਡਕਾਸਟ ਨੂੰ ਸੁਣਨ ਲਈ ਦੇਖਣ ਲਈ ਬਹੁਤ ਬਹੁਤ ਧੰਨਵਾਦ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਹਰ ਸ਼ੁੱਕਰਵਾਰ ਇੱਕ ਨਵਾਂ ਐਪੀਸੋਡ ਤੁਹਾਡੇ ਸਾਹਮਣੇ ਪੇਸ਼ ਕਰੀਏ
ਅਗਲੇ ਸ਼ੁੱਕਰਵਾਰ ਇੱਕ ਨਵਾਂ ਐਪੀਸੋਡ ਲੈ ਕੇ ਫਿਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ। ਤਦ ਤੱਕ ਲਈ ਮੈਨੂੰ ਆਗਿਆ ਦਿਓ ਸੰਗਤਾਰ ਵੱਲੋਂ ਸਭ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ।